ਸਵਾਗਤ ਗਲਤ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਕਾਸ ਸਵਾਗਤ ਕਰਦੀਆਂ ਮੈਂ ਹਾਂ ਪਰਮਵੀਰ ਕਹਿੰਦੇ ਨੇ ਨਾਥਿੰਗ ਇਜ਼ ਇੰਪੋਸੀਬਲ ਇਨ ਥਿਸ ਵਰਡ ਯਾਨੀ ਕਿ ਇਸ ਦੁਨੀਆ ਦੇ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਸਭ ਕੁਝ ਸੰਭਵ ਕਰ ਦਿੱਤਾ ਹੈ ਵਿਗਿਆਨ ਨੇ ਇੱਕ ਸਮਾਂ ਸੀ ਜਦੋਂ ਅਸੀਂ ਸੋਚਦੇ ਹੁੰਦੇ ਸੀ ਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ ਉਸ ਬਿਮਾਰੀ ਦਾ ਇਲਾਜ ਨਹੀਂ ਹੈ ਪਰ ਅੱਜ ਸਮਾਂ ਇਹੋ ਜਿਹਾ ਆ ਗਿਆ ਕਿ ਵਿਗਿਆਨ ਨੇ ਹਰ ਬਿਮਾਰੀ ਦਾ ਜਿਹੜਾ ਹੈ ਇਲਾਜ ਲੱਭ ਲਿਆ ਔਰ ਖੇਤੀਬਾੜੀ ਵੀ ਪਹਿਲਾ ਵਰਗੀ ਨਹੀਂ ਰਹੀ ਉਹਦੇ ਵਿੱਚ ਵੀ ਬਹੁਤ ਸਾਰੇ ਬਦਲਾਅ ਆਏ ਨੇ ਔਰ ਵਿਗਿਆਨ ਦੀ ਹੀ ਇੱਕ ਵਿਧੀ ਹੈ ਜੈਨੇਟਿਕ ਇੰਜੀਨੀਅਰਿੰਗ ਯਾਨੀ ਕਿ ਜੀਨ ਸੰਸ਼ੋਧਨ ਇਹ ਵਿਸ਼ਾ ਸਾਡਾ ਅੱਜ ਦਾ ਹੋਏਗਾ ਅਲੱਗ ਹੈ ਵਿਸ਼ਾ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਗੱਲਾਂ ਤਗੀ ਦੇ ਵਿੱਚ ਇਹ ਪਹਿਲਾ ਵਿਸ਼ਾ ਹੋਇਆ ਹੋਏਗਾ ਅੱਜ ਅਸੀਂ ਜਾਣਾਂਗੇ ਕਿ ਇਹ ਕੀ ਹੈ ਜੀਨ ਸੰਸ਼ੋਧਨ ਔਰ ਕੀ ਇਸ ਦਾ ਪ੍ਰੋਸੈਸ ਹੈ ਔਰ ਸਾਡੇ ਜੀਵਨ ਤੇ ਜੀਵਾਂ ਤੇ ਔਰ ਖੇਤੀਬਾੜੀ ਤੇ ਜਾਂ ਸਾਡੇ ਵਾਤਾਵਰਣ ਤੇ ਇਸ ਦਾ ਕੀ ਪ੍ਰਭਾਵ ਪਿਆ ਔਰ ਇਸ ਬਾਰੇ ਗੱਲਬਾਤ ਕਰਨ ਲਈ ਜਿਹੜੇ ਖਾਸ ਮਹਿਮਾਨ ਸਾਡੇ ਸਟੂਡੀਓਜ਼ ਪਹੁੰਚੇ ਹਨ ਉਹਨਾਂ ਨਾਲ ਤੁਹਾਡਾ ਰੂਬਰੂ ਕਰਵਾ ਦਿੰਨੇ ਆ ਜੀ ਸਾਡੇ ਕੋਲ ਪਹੁੰਚੇ ਨੇ ਡਾਕਟਰ ਰਸਨੀਤ कौर ਜੀ ਜੋ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਗੋਲਡ ਮੈਡਲਿਸ ਨੇ ਔਰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਇਹਨਾਂ ਨੂੰ ਇਨਸਪਾਇਰ ਅਵਾਰਡ ਮਿਲਿਆ ਔਰ ਇਸ ਵੇਲੇ ਇਹ ਗਵਰਨਮੈਂਟ ਸਾਇੰਸ ਮਿਸਟਰਸ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਧੰਨਵਾਦ ਪਰਮ ਜੀ ਜੀ ਜੈਨੇਟਿਕ ਇੰਜੀਨੀਅਰਿੰਗ ਹੈ ਨਾ ਅ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਵਿਗਿਆਨੀ ਨਾਲ ਹੀ ਗੱਲ ਕਰਨ ਗੀਆ ਗੱਲ ਕਰਨ ਜਾ ਰਹੀ ਹਾਂ ਕਿਉਂਕਿ ਮੇਰੇ ਵਾਸਤੇ ਵੀ ਵਿਸ਼ਾ ਇੱਕ ਨਵਾਂ ਹੈ ਨਾ ਤੇ ਦਰਸ਼ਕਾਂ ਵਾਸਤੇ ਵੀ ਨਵਾਂ ਹੈ ਆਪਾਂ ਸਭ ਤੋਂ ਪਹਿਲਾਂ ਇਹੀ ਜਾਣ ਲੈਣੇ ਆ ਤੁਹਾਡੇ ਕੋ ਕਿ ਇਹ ਜੀਨ ਸੰਸ਼ੋਧਨ ਯਾਨੀ ਕਿ ਜੈਨੇਟਿਕ ਇੰਜੀਨੀਅਰਿੰਗ ਕੀ ਹੈ ਕੀ ਹੈ ਇਸ ਦਾ ਪ੍ਰੋਸੈਸ ਅ ਇੱਕ ਜੈਨੇਟਿਕ ਇੰਜੀਨਰਿਕ ਇੱਕ ਵਿਗਿਆਨਿਕ ਪ੍ਰਕਿਰਿਆ ਹੈ ਜਿਹੜੀ ਬਹੁਤ ਪੁਰਾਣੀ ਨਹੀਂ ਹੈ ਬਟ ਇੱਕ ਅਜਿਹੀ ਪ੍ਰਕਿਰਿਆ ਹੈ ਜਿਨੇ ਬੜੀ ਚੇਤਨਾ ਤੇ ਸੰਵੇਦਨਾ ਪੈਦਾ ਕੀਤੀ ਹੈ ਲੋਕਾ ਵਿੱਚ ਕਿਉਂਕਿ ਇਹ ਇੱਕ ਨਵੀਂ ਤਕਨੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਮਨੁੱਖ ਦੇ ਜਾਂ ਕਿਸੇ ਵੀ ਜੀਵ ਦੇ ਕਿਸੇ ਪੌਦੇ ਦੇ ਜਾਂ ਕਿਸੇ ਜਾਨਵਰ ਦੇ ਜਿਹੜਾ ਅਸੀਂ ਉਹਦਾ ਜੀਨ ਮੇਕਅਪ ਹੈ ਉਹਦੇ ਵਿੱਚ ਤਬਦੀਲੀ ਲਿਆ ਸਕਦੇ ਹਾਂ ਅਜਿਹੀ ਤਬਦੀਲੀ ਕਿ ਜੇ ਉਹਦੇ ਵਿੱਚ ਕੋਈ ਜਨਮ ਦੋਸ਼ ਹੈ ਜਨਮजात ਜਿਹਨੂੰ ਅਸੀਂ ਕਹਿੰਦੇ ਹੈਰਿਡਿਟਰੀ ਡਿਸਆਰਡਰਸ ਜਿਹੜੇ ਉਹ ਦੋਸ਼ਾਂ ਦੇ ਨਾਲ ਜਿਉ ਪੈਦਾ ਹੋਇਆ ਤੇ ਉਹਨਾਂ ਨੂੰ ਅਸੀਂ ਪਹਿਲੇ ਤੋਂ ਹੀ ਉਹਨਾਂ ਨੂੰ ਠੀਕ ਕਰ ਸਕਦੇ ਆ ਤਾਂ ਅਜਿਹੀ ਤਬਦੀਲੀ ਲਿਆ ਸਕਦੇ ਆ ਕਿ ਜਿਹੜੇ ਉਹਦੇ ਗੁਣਵੱਤਾ ਬਦਲ ਸਕਦੀ ਹੈ ਮਤਲਬ ਵੀ ਹਰ ਚੀਜ਼ ਦੇ ਵਿੱਚ ਆ ਚਾਹੇ ਉਹ ਇਨਸਾਨ ਹੈ ਜਾਂ ਜਾਨਵਰ ਆ ਜਾਂ ਖੇਤੀਬਾੜੀ ਆ ਪੇੜ ਪੌਦੇ ਆ ਦੇਖੋ ਜੈਨੇਟਿਕ ਇੰਜੀਨੀਅਰਿੰਗ ਅਸੀਂ ਇਹਨੂੰ ਜਨਮ ਤੋਂ ਪਹਿਲੇ ਜੀਨ ਦਾ ਜਾਣਨਾ ਜ਼ਰੂਰੀ ਹੈ ਕਿਉਂਕਿ ਹਰ ਮਨੁੱਖ ਜੀਨ ਤੋਂ ਬਣਿਆ ਜੀਨ ਇੱਕ ਬਹੁਤ ਹੀ ਛੋਟੀ ਜਿਹੜੀ ਇੱਕ ਜੈਵਿਕ ਇਕਾਈ ਹੈ ਤੇ ਹਰ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਜੀਨਾਂ ਨੇ ਹੁਣ ਜੀਨ ਤੋਂ ਜੀਨ ਦੇ ਵਿੱਚ ਡੀਐਨਏ ਹੈ ਜੀਨ ਦੇ ਜਿਹੜੇ ਕਹਣ ਉਹ ਡੀਐਨਏ ਦੇ ਕਹਣਾ ਤੋਂ ਬਣਿਆ ਤੇ ਡੀਐਨਏ ਸਾਡੇ ਸਭ ਦੇ ਅੰਦਰ ਹੈ ਜੀਨ ਹੀ ਜਿਹੜੀ ਹੈ ਜਿਹੜੀ ਇੱਕ ਜਾਤੀ ਤੋਂ ਦੂਸਰੀ ਸਾਡੇ ਮਾਪਿਆਂ ਤੋਂ ਸਾਡੇ ਵਿੱਚ ਆਉਂਦੇ ਨੇ ਜਿਹੜੇ ਵੀ ਅੰਸ਼ ਉਹ ਅੱਗੇ ਅਸੀਂ ਪੀੜੀਦਰ ਪੀੜੀ ਉਹਨਾਂ ਨੂੰ ਲੈ ਕੇ ਜਾਂਦੇ ਤਾਂ ਜੋ ਵੀ ਉਹ ਕਰਦੇ ਨੇ ਉਹ ਜੀਨਾਂ ਦੇ ਰਾਹੀਂ ਅਗਲੀਆਂ ਪੀੜ੍ਹੀਆਂ ਤੱਕ ਜਾਂਦੇ ਨਹੀਂ ਤਾਂ ਜਿਹੜੀ ਜੀਨ ਹੈ ਉਹਦੇ ਵਿੱਚ ਇੱਕ ਅਜਿਹੀ ਸੂਚਨਾ ਹੈ ਜੋ ਕੋਈ ਵੀ ਸਾਡੇ ਸਰੀਰ ਦਾ ਕੋਈ ਵੀ ਗੁਣ ਹੈ ਠੀਕ ਹੈ ਕੁਝ ਵੀ ਹੈ ਉਹਨੂੰ ਨਿਰਧਾਰਿਤ ਕਰਦਾ ਹੈ ਕਿ ਉਹਨੇ ਕਿਹੜਾ ਪ੍ਰੋਟੀਨ ਬਣਾਣਾ ਹੈ ਕਿਹੜਾ ਪ੍ਰੋਡਕਟ ਬਣਾਣਾ ਹੈ ਤਾਂ ਕਿ ਉਹ ਆਪਣਾ ਆਪਣਾ ਉਹਨੂੰ ਸ਼ੋਅ ਕਰੇ ਕਿ ਮੈਂ ਇਹ ਪ੍ਰੋਡਕਟ ਬਣਾਇਆ ਹੈ ਤੇ ਮੈਂ ਇਹ ਵਾਲਾ ਜਿਹੜਾ ਫੰਕਸ਼ਨ ਹੈ ਬਾਡੀ ਦਾ ਉਹਨੂੰ ਡੀਲ ਕਰਾਂਗਾ ਕੀ ਬਾਤ ਹੈ ਮਤਲਬ ਇਹ ਤਾਂ ਸੋਚਣ ਨੂੰ ਵੀ ਬੜਾ ਦਿਮਾਗ ਚਾਹੀਦਾ ਨਾ ਕਿਸ ਤਰ੍ਹਾਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਚੀਜ਼ ਕੱਢਣੀ ਆ ਜਾਂ ਇਹ ਚੀਜ਼ ਦੇ ਵਿੱਚ ਪੈਦਾ ਕਰਨੀ ਆ ਹਨਾ ਬਹੁਤ ਲੰਬਾ ਏ ਪ੍ਰੋਸੈਸ ਏ ਇਹਦਾ ਇਤਿਹਾਸ ਜਾਣ ਲੈਣੇ ਆ ਪਹਿਲਾਂ ਕਿ ਇਹ ਵਿਧੀ ਕਿੰਨੀ ਕੁ ਪੁਰਾਣੀ ਹੈ ਕਦੋਂ ਤੋਂ ਇਹ ਸ਼ੁਰੂ ਹੋਈ ਹੈ ਜੈਨੇਟਿਕ ਇੰਜੀਨੀਅਰਿੰਗ ਦੀ ਜੇ ਅਸੀਂ ਹਿਸਟਰੀ ਦੇਖੀਏ ਤਾਂ ਬਹੁਤ ਪੁਰਾਣੀ ਨਹੀਂ ਹੈ 4-5 ਦਹਾਕੀਆਂ ਤੋਂ ਅਸੀਂ ਇਹਦਾ ਜਿਹੜਾ ਬੇਸ ਅਸੀਂ ਦੇਖ ਸਕਦੇ ਹਾਲਾਂਕਿ ਜਿਹੜੀ ਟਰਮ ਹੈ ਜੈਨੇਟਿਕ ਇੰਜੀਨੀਅਰਿੰਗ ਇਹ ਤਾਂ ਬਹੁਤ ਪਹਿਲੇ 1934 ਵਿੱਚ ਰੂਸ ਤੇ ਇੱਕ ਜੈਨੇਟਿਸਿਸ ਸੀਗੇ ਉਹਨਾਂ ਨੇ ਆਰਵੀ ਰਸਵਸਕੀ ਉਹਨਾਂ ਨੇ ਇਹਨੂੰ ਬਹੁਤ ਪਹਿਲੇ ਇਹ ਟਰਮ ਕਾਇਨ ਕਰ ਦਿੱਤੀ ਸੀ ਕਿ ਜੈਨੇਟਿਕ ਇੰਜੀਨੀਅਰਿੰਗ ਇੱਕ ਉਹਨਾਂ ਨੇ ਆਪਣੇ ਪੇਪਰ ਦੇ ਵਿੱਚ ਕਾਇਨ ਕੀਤੀ ਸੀ ਬਟ ਜਿਹੜਾ ਸਥਾਈ ਰੂਪ 'ਚ ਇਸ ਦਾ ਜਿਹੜਾ ਜ਼ਿਕਰ ਹੋਇਆ ਜਾਂ ਇਸ ਤੇ ਕੰਮ ਹੋਇਆ ਜੈਨੇਟਿਕ ਇੰਜੀਨੀਅਰਿੰਗ ਉਹ 1970 ਦੇ ਦਸ਼ਕ ਵਿੱਚ ਕਰੀਬ 1973 ਵਿੱਚ ਅਮਰੀਕਾ ਦੇ ਇੱਕ ਵਿਗਿਆਨਿਕ ਸੀਗੇ ਹਰਬਰਟ ਬੋਅਰ ਤੇ ਕੋਹਨ ਸਟੈਨਲੀ ਚਾਰਲੀ ਕੋਹਨ ਤੇ ਹਰਬਰਟ ਬੋਅਰ ਉਹਨਾਂ ਨੇ ਕੀ ਕੀਤਾ ਕਿ ਪਹਿਲੀ ਵਾਰ ਜੈਨੇਟਿਕਲੀ ਮੋਡੀਫਾਈਡ ਜਿਹੜਾ ਇੱਕ ਆਰਗਾਨਿਜ਼ਮ ਹੈ ਇੱਕ ਬੈਕਟੀਰੀਆ ਉਹਨਾਂ ਨੇ ਪਹਿਲੀ ਵਾਰ ਬਣਾਇਆ 1973 'ਚ ਫਿਰ 74 ਵਿੱਚ ਕੀ ਹੋਇਆ ਕਿ ਪਹਿਲਾ ਰਡੋਲਫ ਜਾਨੇਸ਼ ਸਿਗਮ ਇੱਕ ਵਿਗਿਆਨੀ ਉਹਨਾਂ ਨੇ ਪਹਿਲੀ ਵਾਰ ਇੱਕ ਆਰਗਨਿਜ਼ਮ ਬਣਾਇਆ ਮਾ우스 ਸੀਗਾ ਜੋ ਇੱਕ ਚੂਹਾ ਸੀਗਾ ਜੋ ਜੈਨੇਟਿਕਲੀ ਮੋਡੀਫਾਈ ਬਣਾਇਆ ਔਰ ਉਹਦੇ ਤੇ ਵੈਕਸੀਨ ਸੇਫਟੀ ਟੈਸਟ ਜਾਂ ਹੋਰ ਵੀ ਬਹੁਤ ਸਾਰੇ ਟੈਸਟ ਕੀਤੇ ਗਏ ਔਰ ਉਹ ਜੈਨੇਟਿਕਲੀ ਮੋਡੀਫਾਈਡ ਬਣਿਆ ਸੀ ਫਿਰ 83 ਵਿੱਚ ਪਹਿਲਾ ਪੌਦਾ ਬਣਿਆ ਜੋ ਇਸ ਵਿਧੀ ਦੇ ਨਾਲ ਬਣਿਆ ਸੀ ਫਿਰ ਉਹਦੇ ਤੋਂ ਬਾਅਦ ਤਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੈਨੇਟਿਕ ਇੰਜੀਨੀਅਰ ਰਿਕੰਬਿਨੈਂਟ ਡੀਐਨਏ ਟੈਕਨੋਲੋਜੀ ਐਂਟੀਸੈਂਸ ਟੈਕਨੋਲੋਜੀ ਆਰਐਨਏ ਸਾਇਲੈਂਸਿੰਗ ਇਹ ਸਾਰੀਆਂ ਜਿਹੜੀਆਂ ਤਕਨੀਕਾਂ ਨੇ 1994 ਵਿੱਚ ਪਹਿਲੀ ਵਾਰ ਜਿਹੜਾ ਕਮਰਸ਼ੀਅਲ ਇੱਕ ਫੂਡ ਆਇਆ ਇੱਕ ਟਮਾਟਰ ਦੀ ਪ੍ਰਜਾਤੀ ਸੀ ਫਲੇਵਰ ਸੈਵਰ ਜੀ ਉਹਦਾ ਕੀ ਸੀ ਹੁਣ ਸਾਨੂੰ ਪਤਾ ਹੈ ਟਮਾਟਰ ਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ ਨਾ ਉਹ ਥੋੜੀ ਦੇਰ ਬਾਅਦ ਨਰਮ ਹੋ ਜਾਂਦਾ ਤੇ ਖਰਾਬ ਹੋ ਜਾਂਦਾ ਹੈ ਤਾਂ ਇੱਕ ਫਲੇਵਰ ਸੈਵਰ ਜੀ ਦੀ ਸ਼ੈਲਫ ਲਾਈਫ ਜ਼ਿਆਦਾ ਸੀ ਤਾਂ 1994 ਵਿੱਚ ਪਹਿਲੀ ਵਾਰ ਉਹ ਕਮਰਸ਼ੀਅਲ ਕੀਤਾ ਗਿਆ ਇਸੇ ਤਰ੍ਹਾਂ 2003 ਵਿੱਚ ਜਿਹੜਾ ਪਹਿਲਾ ਜੀਵ ਕਮਰਸ਼ੀਅਲ ਕੀਤਾ ਗਿਆ ਉਹ ਸੀ ਇੱਕ ਗਲੋ ਫਿਸ਼ ਇੱਕ ਮੱਛੀ ਦੀ ਪ੍ਰਜਾਤੀ ਸੀ ਜਿਹਨੂੰ ਪਹਿਲੀ ਵਾਰ ਕਮਰਸ਼ੀਅਲ ਕੀਤਾ ਗਿਆ ਤਾਂ ਇਦੋਂ ਤੋਂ ਜਿਹੜੀ ਜੈਨੇਟਿਕ ਇੰਜੀਨੀਅਰਿੰਗ ਹੈ ਉਹ ਮਨੁੱਖੀ ਵੈਲਫੇਅਰ ਲਈ ਤੇ ਖੇਤੀਬਾੜੀ ਦੇ ਕਾਰਜ ਵਿੱਚ ਜ਼ਿਆਦਾ ਇਸਤੇਮਾਲ ਹੋਣ ਲੱਗ ਗਈ ਜੀ ਤੇ ਦੇਖੋ ਪਹਿਲਾਂ ਵੀ ਤਾਂ ਸਮਾਂ ਇਸ ਤੋਂ ਪਹਿਲਾਂ ਵੀ ਤਾਂ ਸਮਾਂ ਚੱਲ ਰਿਹਾ ਸੀ ਨਾ ਸਾਰੀਆਂ ਜਾਤੀਆਂ ਪਰਜਾਤੀਆਂ ਉਦੋਂ ਵੀ ਸੀ ਤੇ ਲੋੜ ਕਿਉਂ ਮਹਿਸੂਸ ਹੋਈ ਇਸ ਦੀ ਵੀ ਇਸ ਤਰ੍ਹਾਂ ਕੀਤਾ ਜਾਵੇ ਕਿ ਐਕਸਪੈਰੀਮੈਂਟ ਕੀਤਾ ਜਾਵੇ ਕੀ ਉਦੇਸ਼ ਦੇ ਨਾਲ ਇਹ ਸ਼ੁਰੂ ਕੀਤੀ ਗਈ ਕਹਿੰਦੇ ਨਾ ਨੈਸੈਸਿਟੀ ਇਜ਼ ਦਾ ਮਦਰ ਟੂ ਇਨਵੈਂਸ਼ਨ ਲੋੜ ਹੋਏਗੀ ਤਾਂ ਕੋਈ ਚੀਜ਼ ਦੀ ਆਯਾਤ ਹੋਏਗੀ ਕਿਸੇ ਕੀ ਬਹੁਤ ਸਾਰੇ ਇਦਾਂ ਦੇ ਜੀਵ ਸੀ ਜਿਨ੍ਹਾਂ ਚ ਹੈਰਿਡਿਟਰੀ ਡਿਸਆਰਡਰ ਸੀ ਮੈਂ ਪਹਿਲਾਂ ਵੀ ਦੱਸਿਆ ਜਨਮ ਜਾਤ ਜਿਹੜੇ ਦੋਸ਼ ਸੀਗੇ ਉਹਨਾਂ ਚ ਜਿਨ੍ਹਾਂ ਨੂੰ ਠੀਕ ਕਰਨ ਦੀ ਬਹੁਤ ਲੋੜ ਸੀ ਜੀ ਠੀਕ ਹੈ ਉਹ ਜਿਹੜੀਆਂ ਪ੍ਰੋਬਲਮਸ ਨੇ ਨਾਲ ਜਿਹੜੇ ਜੀਨ ਨੇ ਜਿਹੜੀ ਪ੍ਰੋਡਕਟ ਬਣਾਣਾ ਹੈ ਉਹ ਪ੍ਰੋਡਕਟ ਨਹੀਂ ਬਣਾ ਰਿਆ ਸੀ ਉਹ ਸਥਾਈ ਰੂਪ ਵਿੱਚ ਕੰਮ ਨਹੀਂ ਕਰ ਰਿਹਾ ਸੀ ਤਾਂ ਉਹ ਜਿਹੜੀ ਅਸਮਾਨਤਾ ਨੂੰ ਦੂਰ ਕਰਨ ਲਈ ਬਹੁਤ ਲੋੜ ਸੀ ਕਿ ਕੋਈ ਅਜਿਹੀ ਵਿਧੀ ਹੋਵੇ ਜਿਹੜੀ ਕਿ ਉਹਨੂੰ ਮੁੱਢ ਤੋਂ ਪਤਾ ਲਾਵੇ ਕਿ ਪ੍ਰੋਬਲਮ ਹੈ ਕੀ ਹੈ ਤੇ ਉਹਨੂੰ ਸੋਧਨ ਦੀ ਕੋਸ਼ਿਸ਼ ਕਰੇ ਤੇ ਇਹ ਸਾਰੇ ਦੋਸ਼ਾਂ ਨੂੰ ਖਤਮ ਕਰਨ ਲਈ ਤੇ ਹੋਰ ਨਵੀਆਂ ਵੈਰਾਈਟੀਆਂ ਨੂੰ ਉਪਜ ਕਰਨ ਲਈ ਇਸ ਦੀ ਲੋੜ ਪਈ ਜੀ ਤੁਸੀਂ ਪੀ ਐਚ ਡੀਓ ਹੈ ਨਾ ਤੁਸੀਂ ਵੀ ਮਹਾਰਤ ਹਾਸਲ ਕੀਤੀ ਹੈ ਵਿਗਿਆਨ ਦੇ ਵਿੱਚ ਤੁਸੀਂ ਥੋੜਾ ਜਿਹਾ ਦੱਸ ਸਕਦੇ ਹੋ ਕੋਈ ਐਗਜ਼ਾਮਪਲ ਦੇ ਕੇ ਵੀ ਕਿਸ ਤਰ੍ਹਾਂ ਇਹਦਾ ਪ੍ਰੋਸੈਸ ਜਿਹੜਾ ਆ ਚੱਲਦਾ ਆ ਥੋੜੀ ਛੋਟੀ ਬੋਟੀ ਮਤਲਬ ਆਪਾਂ ਘਰ ਦੇ ਵਿੱਚ ਜਾਂ ਜੇ ਕਰਕੇ ਦੇਖ ਲਈਏ ਜਾਂ ਫਿਰ ਉਸ ਤਰ੍ਹਾਂ ਕੋਈ ਸਾਇੰਸ ਦੀ ਕੋਈ ਇਸ ਤਰ੍ਹਾਂ ਦੀ ਟਰਮ ਹੋਵੇ ਠੀਕ ਹੈ ਦੇਖੋ ਘਰ ਦੇ ਵਿੱਚ ਤਾਂ ਇਹ ਪੋਸੀਬਲ ਨਹੀਂ ਜਿਵੇਂ ਰੀਅਲ ਲਾਈਫ ਚ ਮੈਂ ਤੁਹਾਨੂੰ ਉਹਦਾ ਦੱਸਦੀ ਕਿ ਸਭ ਤੋਂ ਪਹਿਲੇ ਇਹਦੇ ਵਿੱਚ ਇਹਦਾ ਇੱਕ ਪ੍ਰੋਸੈਸ ਹੈ ਜਿਹਦਾ 5-6 ਦੇ ਸਟੈਪਸ ਨੇ ਸਭ ਤੋਂ ਪਹਿਲੇ ਕੀ ਹੈ ਆਪਾਂ ਉਹ ਦੇਖਣਾ ਹੈ ਕਿ ਕਿਹੜੀ ਜੀਨ ਹੈ ਜੀਨ ਨੂੰ ਆਈਡੈਂਟੀਫਾਈ ਕਰਨਾ ਜਿਹਦੇ ਵਿੱਚ ਸਮੱਸਿਆ ਜਿਹੜੀ ਸਥਾਈ ਰੂਮ ਚ ਕੰਮ ਨਹੀਂ ਕਰ ਰਹੀ ਉਹ ਜੀਨ ਨੂੰ ਵੱਖ ਕਰ ਲਿਆ ਉਨੂੰ ਆਈਸੋਲੇਟ ਕੀਤਾ ਫਿਰ ਉਹਦੇ ਵਿੱਚ ਸੋਧ ਕੀਤਾ ਕਲੋਨਿੰਗ ਹੁੰਦੀ ਹੈ ਰੈਸਟ੍ਰਿਕਸ਼ਨ ਐਂਜ਼ਾਈਮਸ ਹੁੰਦੀਆਂ ਮੋਲੀਕੂਲਰ ਸਿਜ਼ਰਸ ਹੁੰਦੀਆਂ ਜਿਹੜਾ ਉਹਨਾਂ ਨੂੰ ਕਟਿੰਗ ਕਰਦੀਆਂ ਫਿਰ ਉਹਨਾਂ ਨੂੰ ਜੋੜਦੀਆਂ ਹੁਣ ਜਿਹੜੀ ਚੀਜ਼ ਆਫ ਇੰਟਰਸਟ ਅਸੀਂ ਕੱਟੀ ਹੈ ਉਹਦੀ ਸੋਧ ਕਰਕੇ ਉਹਨੂੰ ਦੁਬਾਰਾ ਤੋਂ ਸਿਰਜ ਕੇ ਉਹਦੀ ਕਲੋਨਿੰਗ ਕਰਕੇ ਕਾਪੀਆਂ ਬਣਾ ਕੇ ਦੁਬਾਰਾ ਤੋਂ ਅਸੀਂ ਮੇਜ਼ਬਾਨ ਜੀਵ ਵਿੱਚ ਪਾ ਦਈਦੀ ਹੈ ਫਿਰ ਅਸੀਂ ਮੇਜ਼ਬਾਨ ਜੀਵ 'ਚ ਚੈੱਕ ਕਰਨਾ ਕਿ ਕੀ ਉਹ ਸੋਧ ਹੋਈ ਹੈ ਕੀ ਉਹ ਆਪਣਾ ਜੋ ਉਹਨੇ ਸੋਧਿਆ ਉਹ ਪ੍ਰਗਟਾਵਾ ਕਰ ਰਿਹਾ ਫਿਰ ਅਸੀਂ ਉਹਦਾ ਉਤਪਾਦਨ ਕਰਦੇ ਹਾਂ ਹੁਣ ਜਿੱਦਾਂ ਪਹਿਲੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਪੌਦਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਸੀ ਕੀੜਿਆਂ ਤੋਂ ਬਿਮਾਰੀਆਂ ਲੱਗ ਜਾਂਦੀਆਂ ਸੀ ਤਾਂ ਉਹ ਕੀ ਹੈ ਕਿ ਹੁਣ ਅਜਿਹੇ ਪੌਦੇ ਬਣੇ ਐ ਇਦਾਂ ਦੀ ਆਯਾਤ ਹੋਈ ਹੈ ਕਿ ਉਹ ਜਿਹੜੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਬਚਾਇਆ ਜਾ ਸਕਦਾ ਤੇ ਉਹਦੇ ਨਾਲ ਕੀ ਹੈ ਪੈਦਾਵਾਰ ਵੀ ਇਕਨੋਮਿਕ ਗਰੋਥ ਵੀ ਹੋਈ ਹੈ ਕੰਟਰੀ ਦੀ ਜਿਹਦੇ ਨਾਲ ਪੈਦਾਵਾਰ ਵੀ ਬਹੁਤ ਸਾਰੀ ਵੱਧ ਜਾਂਦੀ ਹੈ ਜੀ ਅਕਸਰ ਆਪਾਂ ਦੇਖਦੇ ਆਂ ਅੱਜ ਕੱਲ ਰੀਲਾਂ ਦਾ ਜ਼ਮਾਨਾ ਹੈ ਨਾ ਰੀਲਾਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਆਉਂਦੀਆਂ ਆ ਜਿਹਦੇ ਵਿੱਚ ਇੱਕ ਗਮਲੇ 'ਚ ਦੋ ਤਰ੍ਹਾਂ ਦੇ ਫੁੱਲ ਲੱਗੇ ਆ ਕਿ ਉਹ ਵੀ ਇਹਦਾ ਹੀ 파ਟ ਹੈ ਉਹ ਵੀ ਇਹਦਾ ਹੀ 파ਟ ਉਹ ਹਾਈਬ੍ਰਿਡਾਈਜ਼ੇਸ਼ਨ ਹੈ ਬੇਸਿਕਲੀ ਉਹਨੂੰ ਕੀ ਕਰਦੇ ਆ ਕਿ ਦੋ ਡਿਫਰੈਂਟ ਪਲਾਂਟਸ ਤੇ ਜਿਹਦੇ ਜਿਹੜੇ ਜੋ ਬੈਟਰ ਟ੍ਰੇਟਸ ਹੈ ਉਹਨਾਂ ਨੂੰ ਕੰਬਾਈਨ ਕਰਕੇ ਤੇ ਉਹਨਾਂ ਨੂੰ ਇੱਕ ਨਵਾਂ ਜਿਹੜਾ ਪੌਦਾ ਹੈ ਉਹ ਸਿਰਜ ਦਿੰਦੇ ਆ ਤਾਂ ਉਹ ਬੜਾ ਸੋਹਣਾ ਲੱਗਦਾ ਦੇਖਣ ਨੂੰ ਵਿਲੱਖਣ ਲੱਗਦਾ ਹੈ ਕਿ ਉੱਪਰ ਲਾਲ ਫੁੱਲ ਹੈ ਤੇ ਥੱਲੇ ਗੁਲਾਬੀ ਫੁੱਲ ਹੈ ਤੇ ਥੱਲੇ ਪਰਪਲ ਫੁੱਲ ਹੈ ਤਾਂ ਉਹ ਦੇਖਣ ਨੂੰ ਤਾਂ ਮਨਮੋਹਕ ਲੱਗਦਾ ਹੀ ਹੈ ਬਟ ਉਹਦੇ ਪਿੱਛੇ ਵੀ ਸਾਇੰਸ ਹੀ ਹੈ ਜੀ ਤੇ ਹੋਰ ਕਿਹੜੇ-ਕਿਹੜੇ ਖੇਤਰ ਦੇ ਵਿੱਚ ਜਿਹੜੀ ਹੈ ਇਹ ਜੀਨ ਸੰਸ਼ੋਧਨ ਕੀਤਾ ਜਾਂਦਾ ਹੈ ਖੇਤੀਬਾੜੀ ਹੈ ਤਾਂ ਤੁਸੀਂ ਦੱਸ ਦਿੱਤਾ ਹੈ ਨਾ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਖੇਤਰ ਦੇ ਵਿੱਚ ਵਰਤੀ ਜਾਂਦੀ ਹੈ ਸਭ ਤੋਂ ਜਿਹੜਾ ਮੇਨ ਹੈ ਚਿਕਿਤਸਾ ਦੇ ਖੇਤਰ ਵਿੱਚ ਜੀ ਖੇਤੀਬਾੜੀ ਦੇ ਐਗਰੀਕਲਚਰ ਦੇ ਖੇਤਰ ਵਿੱਚ ਤਾਂ ਮੈਨੂੰ ਕੀ ਇਹ ਬੜਾ ਕ੍ਰਾਂਤੀਕਾਰੀ ਸਾਬਿਤ ਹੋਇ ਇਨੇ ਪ੍ਰੋਡਕਸ਼ਨ ਨੂੰ ਬਹੁਤ ਐਨਹਾਂਸ ਕੀਤਾ ਹੈ ਫਿਰ ਚਿਕਿਤਸਾ ਦੇ ਖੇਤਰ ਚ ਡਾਕਟਰੀ ਖੇਤਰ ਵਿੱਚ ਬਹੁਤ ਸਾਰੀਆਂ ਥੈਰੇਪੀਜ਼ ਬਹੁਤ ਸਾਰੀਆਂ ਬਿਮਾਰੀਆਂ ਦੇ ਹੱਲ ਲੱਭੇ ਗਏ ਨੇ ਤੇ ਹੋਰ ਵੀ ਆਸਾ ਨੇ ਕਿ ਹੋਰ ਵੀ ਲੱਭਾਂਗੇ देन ਫਾਰਮਾਸਿਊਟੀਕਲ ਇੰਡਸਟਰੀਜ਼ ਵੈਕਸੀਨਸ ਬਣਾਉਂਦੇ ਆ ਜਿਵੇਂ ਆ ਕੋਵਿਡ ਦੀ ਵੈਕਸੀਨ ਹੈਨਾ ਬਣੀ ਹੈ ਹੁਣੇ-ਹੁਣੇ ਅਸੀਂ ਇਹ ਮਹਾਮਾਰੀ ਤੋਂ ਉੱਭਰ ਰਹੇ ਆ ਤਾਂ ਉਹਦੇ ਵਿੱਚ ਫਿਰ ਇਹਦੇ ਚ ਕੀ ਹੈ ਕਿ ਜਿਹੜਾ ਵਾਤਾਵਰਣ ਨੂੰ এনवायरमेंट ਨੂੰ ਬਚਾਉਣ ਦੇ ਵਿੱਚ ਵੀ ਬਹੁਤ ਇਹਦਾ ਰੋਲ ਹੈ ਕਿ ਇਦਾਂ ਦੇ ਪਲਾਂਟਸ ਇਦਾਂ ਦੇ ਪੌਦੇ ਉਪਜਦੇ ਨੇ ਜਿਹੜੇ ਕਿ ਮਿੱਟੀ ਦੀ ਗੁਣਵੱਤਾ ਨੂੰ ਵਧਾ ਦਿੰਦੇ ਨੇ ਠੀਕ ਹੈ ਹੁਣ ਜਿਵੇਂ ਆਪਾਂ ਡਿਵੈਲਪ ਡਿਵੈਲਪਿੰਗ ਨੇਸ਼ਨ ਹੈ ਹੈਨਾ ਵਿਕਾਸਸ਼ੀਲ ਦੇਸ਼ਾਂ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਇੱਕ ਸਭੋਜਨ ਸੰਕਟ ਹੈਨਾ ਖੁਰਾਕ ਸੰਕਟ ਰਹਿੰਦਾ ਹੈ ਕਿਉਂਕਿ ਵੱਧਦੀ آبادی ਦੀਆਂ ਡਿਮਾਂਡਾਂ ਮੀਟ ਕਰਨੀਆਂ ਬਹੁਤ ਸੌਖੀਆਂ ਨਹੀਂ ਐ ਤੇ ਉਹ ਜਿਹੜਾ ਖੁਰਾਕ ਸੰਕਟ ਨੂੰ ਜਿਹੜਾ ਅਸੀਂ ਹੈਂਡਲ ਕਰਨ ਲਈ ਜੈਨੇਟਿਕ ਇੰਜੀਨੀਅਰਿੰਗ ਦਾ ਬਹੁਤ ਵੱਡਾ ਰੋਲ ਹੈ ਤਾਂ ਮੁੱਖ ਜਿਹੜਾ ਖੇਤੀਬਾੜੀ ਵਿੱਚ ਇਹਦੇ ਪੰਜ ਜਿਹੜੇ ਆ ਇਹਨੇ ਜਿਹੜੇ ਪੈਦਾਵਰ ਵਿਧਾਨ ਸਭ ਤੋਂ ਪਹਿਲਾਂ ਪੈਦਾਵਰ ਬਹੁਤ ਜ਼ਿਆਦਾ ਵਧਾਈ ਆ ਦੂਸਰਾ ਕੀੜੇ ਕੀੜੇ ਜਿੱਦਾਂ ਬੋਲਵਰਮ ਹੋਇਆ ਜਿਹਨੂੰ ਸੁੰਡੀ ਕਹਿੰਨੇ ਆਸੀਂ ਫਿਰ ਇੱਕ ਪੱਤਾ ਨੋਮਾ ਲੀਫ ਹੌਪਰਸ ਹੁੰਦੇ ਆ ਐਫਿਡਸ ਹੁੰਦੇ ਬੀਟਲਸ ਹੁੰਦੇ ਬੱਗਸ ਹੁੰਦੇ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਸੀ ਜੋ ਉਹਨਾਂ ਨੂੰ ਬਟ ਉਹਨਾਂ ਨੂੰ ਉਹਨਾਂ ਦੀ ਸਾਇਲੈਂਸਿੰਗ ਕਰਤੀ ਹੁਣ ਜਿਹੜੀ ਜੀਨ ਉਹ ਨੁਕਸਾਨ ਕਰਦੀ ਸੀ ਉਹ ਵਾਲੀ ਜੀਨ ਨੂੰ ਸਾਇਲੈਂਸ ਕਰ ਦਿੱਤਾ ਗਿਆ ਪਹਿਲਾਂ ਕੀ ਪ੍ਰੋਡਕਸ਼ਨ ਕਾਸਟ ਕਿਵੇਂ ਘਟੀ ਹੈ ਜਿਵੇਂ ਪਹਿਲੇ ਬਹੁਤ ਸਾਰੇ ਕੀਟਨਾਸ਼ਕ ਬਾਹਰੋਂ ਪਾਣੇ ਪੈਂਦੇ ਸੀ ਬਟ ਹੁਣ ਕੀ ਕਰਦੇ ਆ ਕਿ ਪਹਿਲੇ ਹੀ ਉਹ ਜੀਨ ਪਲਾਂਟ ਦੇ ਵਿੱਚ ਪਹਿਲੇ ਹੀ ਸੰਸ਼ੋਧਿਤ ਕਰ ਦਿੱਤੀ ਜਾਂਦੀ ਹੈ ਕਿ ਹੁਣ ਜੇ ਉਹ ਸੁੰਡੀ ਉਹ ਜਿਹੜਾ ਕਪਾਹ ਦੇ ਫੁੱਲ ਨੂੰ ਖਾਏਗੀ ਉਹ ਪਹਿਲੇ ਹੀ ਮਰ ਜਾਏਗੀ ਅੱਛਾ ਜੀ ਕਿਉਂਕਿ ਉਹ ਜੀਨ ਵਿੱਚ ਹੀ ਇਦਾਂ ਦਾ ਐਂਟੀ ਇਦਾਂ ਦੀ ਆ ਗਈ ਹੈ ਪੈਸਟਿਸਾਈਡ ਆ ਗਿਆ ਹੈ ਕਿ ਉਹ ਉਹਨੂੰ ਬਿਨਾਂ ਬਾਹਰ ਦੇ ਫਰਟੀਲਾਈਜ਼ਰ ਯੂਜ਼ ਕੀਤੇ ਉਹਨੂੰ ਪਹਿਲਾਂ ਹੀ ਮਾਰਦੀ ਕਬ ਫਿਰ ਅਗਲਾ ਹੈ ਨਿਊਟ੍ਰੀਐਂਟ ਇਨਹਾਂਸ ਕਰਨੇ ਬਹੁਤ ਸਾਰੇ ਜਿਹੜੀ ਉਹਦੀ ਪੋਸ਼ਕ ਤੱਤ ਹੈ ਜਿਹੜੇ ਉਹਦੇ ਵਿੱਚ ਬਹੁਤ ਸਾਰੇ ਵਧਾੜੇ ਜਿਵੇਂ ਹੁਣ ਫਾਰਟੀਫਾਈਡ ਗੋਲਡਨ ਰਾਈਸ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਰਾਈਸ ਦੀ ਵੈਰਾਈਟੀ ਹੈ ਉਹਦੇ ਚ ਕੀ ਬੀਟਾ ਕੈਰੋਟਿਨ ਬਹੁਤ ਜ਼ਿਆਦਾ ਹੈ ਤਾਂ ਉਹਦੇ ਨਾਲ ਮਨੁੱਖ ਦੀ ਸਿਹਤ ਠੀਕ ਰਹਿੰਦੀ ਹੈ ਜਿਹੜੇ ਅਨੀਮੀਆ ਵਗੈਰਾ ਬਿਮਾਰੀਆਂ ਹੈ ਨਾ ਉਹ ਬਹੁਤ ਘਟ ਜਾਂਦੀਆਂ ਫਿਰ ਇਦਾਂ ਹੀ ਬੀਟੀ ਕਾਟਨ ਹੋ ਗਿਆ ਫਿਰ ਮਸਟਰਡ ਹੋ ਗਿਆ ਸਰੋਂ ਦੀ ਫਿਰ ਪੰਜਾਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬੜਾ ਮੋਢੀ ਰਿਹਾ ਇਹਦੇ ਵਿੱਚ ਜਿਹੜਾ ਉਹਨਾਂ ਨੇ ਜੋ ਰਿਸਰਚ ਕੀਤੀ ਹੈ ਜੈਨੇਟਿਕ ਇੰਜੀਨੀਅਰਿੰਗ ਚ ਤੇ ਆਈਸੀਆਰ ਜਿਹੜਾ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਉਹਨਾਂ ਨੇ ਤਿੰਨ ਜਿਹੜੀਆਂ ਬੀਟੀ ਕਾਟਨ ਦੀਆਂ ਵੈਰਾਈਟੀਆਂ ਬੀਟੀ 1 ਤੇ ਆਰਓ 2013 ਦੈਨ ਇੱਕ ਐਮ 18 ਕਾਟ ਇਹ ਸਾਰੀਆਂ ਵੈਰਾਈਟੀਆਂ ਜਿਹੜੀਆਂ ਉਹ ਇਹਦੀਆਂ ਬੀਜੀਆਂ ਜਾ ਰਹੀਆਂ ਨੇ ਅੱਛਾ ਜੀ ਮਤਲਬ ਖੇਤੀਬਾੜੀ ਦੇ ਵਿੱਚ ਇਸ ਦਾ ਬਹੁਤ ਹੀ ਵੱਡਾ ਰੋਲ ਹੈ ਹੈਨਾ ਤੇ ਖੇਤੀਬਾੜੀ ਦੇ ਵਿੱਚ ਆਪਾਂ ਹੋਰ ਗੱਲ ਅੱਗੇ ਤੋਰਾਂਗੇ ਕਿਉਂਕਿ ਪੰਜਾਬ ਜਿਹੜਾ ਹੈ ਖੇਤੀਬਾੜੀ ਸੂਬਾ ਹੈ ਨਾ ਤੇ ਸਾਡੇ ਕਿਸਾਨ ਵੀ ਦੇਖਦੇ ਹੋਣਗੇ ਇਹ ਪ੍ਰੋਗਰਾਮ ਔਰ ਇਹ ਕਿਹੜੀ ਜਗ੍ਹਾ ਤੇ ਸਭ ਤੋਂ ਜ਼ਿਆਦਾ ਇਹ ਜਿਹੜਾ ਹੈ ਖੇਤੀਬਾੜੀ ਕੀਤੀ ਜਾਂਦੀ ਹੈ ਇਹਦੇ ਜਰੀਏ ਜੀਨ ਸੰਸ਼ੋਧਨ ਦੇ ਜਰੀਏ ਆਪਣੇ ਭਾਰਤ ਦੀ ਜੇ ਆਪਾਂ ਗੱਲ ਕਰੀਏ ਭਾਰਤ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜੀਨ ਸੰਸ਼ੋਧਨ ਜਿਹੜਾ ਖੇਤੀਬਾੜੀ 'ਚ ਇਸਤੇਮਾਲ ਹੁੰਦਾ ਹੈ ਉਹ ਗੁਜਰਾਤ ਵਿੱਚ ਹੁੰਦਾ ਹੈ ਜੀ ਫਿਰ ਪੰਜਾਬ ਵਿੱਚ ਫਿਰ ਮਹਾਰਾਸ਼ਟਰ ਫਿਰ ਰਾਜਸਥਾਨ ਹੁੰਦਾ ਤਾਂ ਸਾਰੇ ਬਟ ਇਹ ਜਿਹੜੇ ਆ ਜ਼ਿਆਦਾ ਕロップ ਪ੍ਰੋਡਿਊਸਿੰਗ ਜਿੱਥੇ ਜ਼ਿਆਦਾ ਫਸਲਾਂ ਉਗਦੀਆਂ ਤਾਂ ਇੱਥੇ ਇਹ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਠੀਕ ਹੈ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿਹੜੀਆਂ ਚੀਜ਼ਾਂ ਦੀ ਖੇਤੀ ਹੈ ਨਾ ਜਿੱਦਾਂ ਤੁਸੀਂ ਇੱਕ ਟਮਾਟਰ ਦੀ ਗੱਲ ਕੀਤੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜਿਹੜੀ ਖੇਤੀਬਾੜੀ ਹੈ ਇਹਦੇ ਥਰੂ ਹੁੰਦੀ ਹੈ ਸਭ ਤੋਂ ਜਿਹੜੀ ਮੇਨ ਹੈ ਨਾ ਜਿਹੜੀ ਇੰਡੀਆ ਚ ਸਭ ਤੋਂ ਜ਼ਿਆਦਾ ਜਾਂ ਵਰਲਡ ਚ ਵੀ ਸਭ ਤੋਂ ਜ਼ਿਆਦਾ ਹੈ ਉਹ ਕਪਾਹ ਦੀ ਹੈ ਅੱਛਾ ਠੀਕ ਹੈ ਮੀਟੀ कॉटन ਹੋ ਗਿਆ ਫਿਰ ਇੱਕ ਸੋਇਆਬੀਨ ਦੀ ਪ੍ਰਜਾਤੀਆਂ ਠੀਕ ਹੈ ਸਰੋਂ ਦੀਆਂ ਪ੍ਰਜਾਤੀਆਂ ਥੈਨ ਇਹਦੇ ਵਿੱਚ ਟਮਾਟਰ ਦਾ ਤਾਂ ਉਹਨੇ ਮੈਂ ਦੱਸਿਆ ਸੀ ਉਹਦੀ ਸ਼ੈਲਫ ਲਾਈਫ ਇਨਕਰੀਜ਼ ਹੋ ਜਾਂਦੀ ਹੈ ਉਹਦੇ ਚ ਇਦਾਂ ਦੀ ਹਾਈਬ੍ਰਿਡਾਈਜੇਸ਼ਨ ਕਰ ਸਕਦੇ ਆ ਤਾਂ ਅਜਿਹਿਆਂ ਜਿਹਦਾ ਬੈਂਗਨ ਬ੍ਰਿੰਜਲ ਬੀਟੀ ਬ੍ਰਿੰਜਲ ਵੀ ਹੈ ਹੈਨਾ ਤਾਂ ਇਹ ਸਾਰੀਆਂ ਜਿਹੜੀਆਂ ਫਸਲਾਂ ਵੈ ਇਹਨਾਂ ਨੂੰ ਪਹਿਲੇ ਨਾਲੋਂ ਬਹੁਤ ਜ਼ਿਆਦਾ ਇਹਨਾਂ ਦੀ ਪੈਦਾਵਾਰ ਵਧਾ ਦਿੱਤੀ ਗਈ ਹੈ ਤੇ ਇਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਗਿਆ ਹੈ ਹਮ ਪੋਪੂਲੇਸ਼ਨ ਨੂੰ ਦੇਖਦੇ ਹੋਏ ਜਨਸੰਖਿਆ ਨੂੰ ਦੇਖਦੇ ਹੋਏ ਜਿਵੇਂ ਪਾਊਡਰੀ ਮਾਈਲਡਿਊ ਸੀਗੇ ਬਿਲਟ ਹੁੰਦੇ ਆ ਹੈਨਾ ਰਸਟ ਸਪੋਟਿੰਗ ਹੋ ਜਾਂਦੀ ਹੈ ਪੱਤੇਆਂ ਤੇ ਤਾਂ ਉਹ ਸਾਰੀਆਂ ਇਸ ਵਿਧੀ ਦੇ ਰਾਹੀਂ ਮਤਲਬ ਅਸੀਂ ਉਹਨਾਂ ਨੂੰ ਠੀਕ ਤਰਸ ਸਕਦੀ ਆ ਜੀ ਔਰ ਦੇਖੋ ਕਈ ਵਾਰੀ ਅਸੀਂ ਸੁਣਦੇ ਆ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇਹ ਗੱਲ ਤੁਹਾਡੇ ਹੀ ਮੁੱਖ ਸੁਣੀ ਕਿ ਜਨਸੰਖਿਆ ਨੂੰ ਦੇਖਦੇ ਹੋਏ ਨਾ ਪੋਪੂਲੇਸ਼ਨ ਜਿੱਦਾਂ ਵੱਧ ਰਹੀ ਹੈ ਔਰ ਉਸ ਉਦਾਂ ਹੀ ਜਿਹੜਾ ਆ ਚੀਜ਼ਾਂ ਦਾ ਵੀ ਵਾਧਾ ਹੋਣਾ ਜ਼ਰੂਰੀ ਹੈ ਔਰ ਅਸੀਂ ਕਈ ਇਹੋ ਜਿਹੀਆਂ ਵੀਡੀਓਜ਼ ਵੀ ਦੇਖਦੇ ਆ سوشل میڈیا ਤੇ ਵੀ ਇੰਜੈਕਸ਼ਨਸ ਨਾਲ ਚੀਜ਼ਾਂ ਜਿਹੜੀਆਂ ਬਣ ਰਹੀਆਂ ਆ ਫਲ ਫਰੂਟ ਬਣਦੇ ਆ ਉਹ ਉਹਨੂੰ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਕੀ ਚੀਜ਼ ਆ ਜਿਹੜੀਆਂ ਇੰਜੈਕਸ਼ਨਸ ਦੇ ਨਾਲ ਆਪਾਂ ਕਹਿੰਦੇ ਆ ਕਿ ਇੱਕ ਅੰਬਾਂ ਦੀ ਵੀਡੀਓ ਬੜੀ ਗਰਮੀਆਂ ਚ ਵਾਇਰਲ ਹੋਈ ਸੀ ਕਿ ਅੰਬ ਜਿਹੜੇ ਆ ਉਹਦੇ ਉੱਪਰ ਇੰਜੈਕਸ਼ਨ ਲਗਾ ਰਹੇ ਆ ਔਰ ਮਿੰਟੋ ਮਿੰਟੀ ਰਾਤੋਂ ਰਾਤ ਜਿਹੜੇ ਆ ਉਹ ਅੰਬਾਂ ਦੀ ਪਰਮਾਰ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਵੇਂ ਕੋਈ ਵੀ ਚੀਜ਼ ਡਿਵੈਲਪ ਹੁੰਦੀ ਨਾ ਕਿਸੇ ਵੀ ਚੀਜ਼ ਦੀ ਗਰੋਥ ਹੁੰਦੀ ਉਹ ਇੱਕ ਮਿਆਰ ਹੁੰਦਾ ਸਥਾਈ ਰੂਪ ਚ ਉਹ ਇੱਕ ਪੜਾ ਤੋਂ ਅਗਲੇ ਪੜਾ ਤੇ ਜਾਂਦੀ ਤਾਂ ਜਿਹੜੇ ਇੰਜੈਕਸ਼ਨਸ ਆ ਬੇਸਿਕਲੀ ਉਹ ਗਰੋਥ ਐਨਹਾਂਸਰਸ ਐ ਜੀ ਉਹਦੇ ਵਿੱਚ ਜੈਨੇਟਿਕ ਨੇ ਉਹਦੇ ਵਿੱਚ ਗਰੋਥ ਐਨਹਾਂਸ ਕਰ ਦਿੱਤੀ ਜਾਂਦੀ ਹੈ ਜਿਦਾ ਆਕਸੀਨ ਜਿਬਰੈਲਿਨਸ ਹੈ ਨਾ ਇਥਾਈਲੀਨ ਐਸਕੋਰਬਿਕ ਐਸਿਡ ਇਹ ਸਾਰੇ ਕੀ ਹੈ ਗਰੋਥ ਫੈਕਟਰਸ ਹੈ ਤਾਂ ਉਹ ਬੇਸਿਕਲੀ ਗਰੋਥ ਫੈਕਟਰਸ ਇੰਡਿਊਸ ਓਕੇ ਇੰਡਿਊਸਡ ਗਰੋਥ ਹੈ ਉਹ ਨੈਚੁਰਲ ਗਰੋਥ ਨਹੀਂ ਹੈ ਇੰਡਿਊਸਡ ਗਰੋਥ ਹੈ ਕਿ ਸਾਈਜ਼ ਬਹੁਤ ਜ਼ਿਆਦਾ ਵੱਡਾ ਹੋ ਗਿਆ ਜੋ ਕਿ ਕੁਦਰਤੀ ਤੌਰ ਤੇ ਨਹੀਂ ਹੈ ਤਾਂ ਉਹ ਅਸੀਂ ਉਹਦੇ ਨਾਲ ਛੇੜਛਾੜ ਕਰ ਰਹੇ ਹਾਂ ਜੀ ਤੇ ਜੈਨੇਟਿਕ ਇੰਜੀਨੀਅਰਿੰਗ ਤੁਸੀਂ ਲਾਭ ਤੇ ਸਾਨੂੰ ਦੱਸ ਹੀ ਰਹੇ ਹੋ ਨਾ ਵੀ ਖੇਤੀਬਾੜੀ ਦੇ ਵਿੱਚ ਕਿੰਨੇ ਲਾਭ ਆ ਤੇ ਕੁਝ ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਚੀਜ਼ ਆਪਾਂ ਸ਼ੁਰੂ ਕਰਦੇ ਆ ਤੇ ਉਹਦੇ ਦੋ ਪਹਿਲੂ ਹੁੰਦੇ ਆ ਨਾ ਲਾਭ ਦੇ ਨਾਲ-ਨਾਲ ਹਾਨੀਆਂ ਵੀ ਜ਼ਰੂਰ ਹੁੰਦੀਆਂ ਤੇ ਕੀ ਸਮਝਦੇ ਹੋ ਕਿ ਖੇਤੀਬਾੜੀ ਦੇ ਵਿੱਚ ਕਿਹੜੀਆਂ-ਕਿਹੜੀਆਂ ਹਾਨੀਆਂ ਹੋ ਰਹੀਆਂ ਇਹਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦੀਆਂ ਬਿਲਕੁਲ ਪਰਮਜੀ ਕੋਈ ਵੀ ਚੀਜ਼ ਆ ਉਹਦੇ ਪ੍ਰੋਸ ਕੌਨ ਹਮੇਸ਼ਾ ਲੈ ਕੇ ਚੱਲਦੇ ਆ ਬਹੁਤ ਸਾਰੀ ਜਨਤਾ ਹੈ ਜਿਹੜੀ ਉਸ ਚੀਜ਼ ਦੇ ਫੇਵਰ ਚ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਉਹਦੇ ਅਗੇਂਸਟ ਮੈਂ ਇੱਕ ਬੜੀ ਸੋਹਣੀ ਤੁਕ ਪੜ੍ਹੀ ਹੈ ਕਹਿੰਦੇ ਜੈਨੇਟਿਕ ਇੰਜੀਨੀਅਰਿੰਗ ਇਜ਼ ਨਾਟ ਅਬਾਊਟ ਸੇਵਿੰਗ ði ਵਰਲਡ ਇਟਸ ਅਬਾਊਟ ਕੰਟਰੋਲਿੰਗ ði ਵਰਲਡ ਮਤਲਬ ਸਾਨੂੰ ਕਈਆਂ ਨੂੰ ਲੱਗਦਾ ਕਿ ਉਹ ਬਚਾ ਰਹੀ ਹੈ ਬਟ ਕਈਆਂ ਨੂੰ ਲੱਗ ਰਿਹਾ ਕਿ ਉਹ ਇੱਕ ਨਿਯੰਤਰਣ ਕਰ ਰਹੀ ਹੈ ਉਹ ਸਾਨੂੰ ਆਪਣੀ ਗ੍ਰਿਫਤ ਵਿੱਚ ਲੈ ਰਹੀ ਹੈ ਸਾਨੂੰ ਕਾਬੂ ਵਿੱਚ ਲੈ ਰਹੀ ਹੈ ਤੇ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਜੀ ਹੈਨਾ ਹੁਣ ਜਿਹੜੇ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਨੇ ਉਹ ਬਹੁਤ ਬੈਟਰ ਨੇ ਪ੍ਰੋਡਕਸ਼ਨ ਦੇ ਮਾਮਲੇ 'ਚ ਬਟ ਜਿਹੜੇ ਕੁਦਰਤੀ ਜਿਹੜੇ ਕ੍ਰੌਪਸ ਹੈ ਹੈਨਾ ਤੇ ਉਹਨਾਂ 'ਚ ਉਹ ਪ੍ਰਤੀਯੋਗਤਾ ਹੋਗੀ ਨਾ ਜਿਹੜੇ ਕੁਦਰਤੀ ਪੌਦੇ ਪੇੜ ਪੌਦੇ ਤਾਂ ਜਿਹੜੇ ਜੈਨੇਟਿਕਲੀ ਮੋਡੀਫਾਈਡ ਉਹਨਾਂ 'ਚ ਪ੍ਰਤੀਯੋਗਤਾ ਹੋਗੀ ਬਿਲਕੁਲ ਹੁਣ ਕਿਹੜੇ ਵਧੀਆ ਹੋਣਗੇ ਜਿਹੜੇ ਜੈਨੇਟਿਕਲੀ ਮੋਡੀਫਾਈਡ ਹੈ ਕਿਉਂਕਿ ਉਹਨਾਂ ਦੇ ਅਸੀਂ ਉਹਨਾਂ ਦੇ ਮਨਚਾਹੀ ਤਬਦੀਲੀ ਕੀਤੀ ਹੈ ਅਸੀਂ ਜੋ ਉਹਨਾਂ 'ਚ ਸੋਧ ਕਰਨੀ ਚਾਹੁੰਦੇ ਆ ਅਸੀਂ ਉਹ ਆਪਣੀ ਮਰਜ਼ੀ ਦੇ ਅਕੋਰਡਿੰਗ ਬਣਾਏ ਆ ਤਾਂ ਕਿਤੇ ਨਾ ਕਿਤੇ ਦੂਸਰੇ ਜਿਹੜੇ ਉਹ ਪਛੜ ਜਾਂਦੇ ਆ ਹੁਣ ਲੋਕ ਵੀ ਉਹੀ ਪੈਦਾਵਾਰ ਹੁਣ ਕੋਈ ਦੂਸਰਾ ਬੀ ਥੋੜਾ ਖਰੀਦੇਗਾ ਹੂੰ ਉਹਨੂੰ ਹੀ ਖਰੀਦਣਗੇ ਹੁਣ ਦੇਖੋ ਜਿਹੜਾ ਕੁਦਰਤ ਵਾਲਾ ਉਹ ਸਪਰੈਸ ਹੋ ਗਿਆ ਤਾਂ ਜਿਹੜਾ ਜਿਹੜਾ ਅਸੀਂ ਨਵਾਂ ਬਣਾਇਆ ਉਹ ਹੋਰ ਉਪਜਿਆ नो डाउट ਉਹ ਪੈਦਾਵਾਰ ਵਧਾ ਰਿਹਾ ਹੈ ਇਕਨੋਮਿਕਲੀ ਤਾਂ ਆਪਾਂ ਗਰੋਅ ਕਰ ਰਹੇ ਆ ਬਟ ਕਿਤੇ ਨਾ ਕਿਤੇ ਜਿਹੜਾ ਕੁਦਰਤੀ اخلاق ਹੈ ਉਹਦੇ ਵਿੱਚ ਤਾਂ ਤਬਦੀਲੀ ਆ ਗਈ ਹੈ ਆ ਗਈ ਹੈ ਸਮਾਨ ਲੈਣ ਚਾਹੀਦਾ ਨਾ ਛੋਟਾ ਮੋਟਾ ਚਾਹੀਏ ਹੁਣ ਕੱਪੜੇ ਵੀ ਦੇਖ ਲਈਏ ਤੇ ਆਰਗੇਨਿਕ ਵਰਡ ਬੜਾ ਚੱਲਿਆ ਹੈ ਨਾ ਕੱਪੜੇ ਵੀ ਅੱਜ ਕੱਲ ਆਰਗੇਨਿਕ ਆ ਗਏ ਹੈ ਨਾ ਖੇਤੀਬਾੜੀ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਆਰਗੇਨਿਕ ਦਾਣਾਂ ਆਰਗੇਨਿਕ ਸਬਜ਼ੀਆਂ ਅੱਜ ਸਾਨੂੰ ਲੇਬਲ ਲਗਾ ਕੇ ਮਿਲ ਰਹੀ ਹੈ ਕਿ ਵਾਕੇ ਹੀ ਉਹ ਆਰਗੇਨਿਕ ਹੈ ਉਸ ਤੋਂ ਪਹਿਲਾਂ ਮੈਂ ਇਹ ਜਾਣੂਗੀ ਕਿ ਆਰਗੇਨਿਕ ਹੁੰਦਾ ਕੀ ਹੈ ਮੈਂ ਜਿਹਨੂੰ ਅਸੀਂ ਜੈਵਿਕ ਕਹਿੰਦੇ ਆ ਆਰਗੇਨਿਕ ਹੈ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨੀ ਹੈ ਇੱਕ ਪੰਜਾਬੀ ਮੂਵੀ ਚ ਬੜੀ ਆਸੀਂ ਫਿਲਮਾਂ ਚ ਮੈਂ ਇੱਕ ਚੀਜ਼ ਛੋਟਾ ਜਿਹਾ ਜ਼ਿਕਰ ਕਰੂੰਗੀ ਕਹਿੰਦੇ ਕਿ ਜੀਜਾ ਜੀ ਆਏ ਨੇ ਹੈਨਾ ਜੀਜਾ ਬੜਾ ਖਾਸ ਮੰਨਿਆ ਜਾਂਦਾ ਨਾ ਪੰਜਾਬੀ ਸੱਭਿਆਚਾਰ ਚ ਤੇ ਕਹਿੰਦੇ ਉਹਨਾਂ ਨੂੰ ਪੱਕੇ ਮਿੱਠੇ ਵਾਲੀ ਚਾਹ ਦੇਣੀ ਹੈ ਜੀ ਪੱਕੇ ਮਿੱਠੇ ਵਾਲੀ ਕੀ ਠੰਡ પા ਕੇ ਦੇਣੀ ਹੈ ਤੇ ਬਾਕੀ ਜਿਹੜੇ ਸਾਡੇ ਵਰਗੇ ਜਿਹੜੇ ਨੋਰ ਉਹਨਾਂ ਨੂੰ ਕਹਿੰਦੇ ਕਿ ਇਹ ਗੋੜ ਵਾਲੀ ਚਾਹ ਦੇ ਦਿਓ ਇਹਨਾਂ ਨੂੰ ਠੀਕ ਹੈ ਹੁਣ ਤੁਸੀਂ ਦੇਖੋ ਪਹਿਲੇ ਪੱਕੇ ਮਿੱਠੇ ਨੂੰ ਕਿੰਨਾ ਸਥਾਈ ਮੰਨਿਆ ਜਾਂਦਾ ਸੀ ਤੇ ਗੋੜ ਵਾਲੇ ਆਮ ਮੰਨਿਆ ਜਾਂਦਾ ਸੀ ਕਿ ਗੋੜ ਦੀ ਚਾਹ ਪੀਦੇ ਪਰ ਹੁਣ ਦੇਖੋ ਅਸੀਂ ਆਰਗੈਨਿਕ ਗੋੜ ਖਰੀਦਦੇ ਹਾਂ ਹੁਣ ਜਿਹੜਾ ਪੁਰਾਣਾ ਸਮਾਦਾਰ ਆ ਰਿਹਾ ਤੇ ਖੋਖੇ ਖੁੱਲੇ ਨੇ ਗੋੜ ਵਾਲੀ ਚਾਹ ਗੋੜ ਵਾਲੀ ਚਾਹ ਲੋਕ ਰੁਕ ਰੁਕ ਕੇ ਗੋੜ ਵਾਲੀ ਚਾਹ ਪੀਂਦੇ ਨੇ ਹੈਨਾ ਤੁਸੀਂ ਵੇਖੋ ਉਹ ਪੁਰਾਣੀ ਚੀਜ਼ ਵਾਪਸ ਆ ਗਈ ਗੋੜ ਵਾਲੀ ਚਾਹ ਪੀਣ ਵਾਲੇ ਪੜੇ ਲਿਖੇ ਸਿਆਣੇ ਮੰਨੇ ਜਾਂਦੇ ਤੇ ਜਿਹੜੇ ਖੰਡ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਤੇ ਆਪਾਂ ਕਹਿੰਨੇ ਡਾਇਬਟੀਜ਼ ਹੋ ਜਾਣੀ ਚਾਹੀਦਾ ਤਾਂ ਆਰਗੈਨਿਕ ਐਗਜੈਕਟਲੀ ਮੈਨੂੰ ਜਿੰਨਾ ਤੱਕ ਮੇਰਾ ਪਰਸਨਲ ਥਿਊ ਹੈ ਇਹ ਬਹੁਤ ਸਾਰਾ ਮਤਲਬ ਇਹ ਮਿੱਠ ਵੀ ਹੈ ਜੀ ਅਸੀਂ ਉਹਨੂੰ ਪ੍ਰਾਣੀਆਂ ਚੀਜ਼ਾਂ ਨੂੰ ਹੀ ਅਸੀਂ ਵਾਪਸ ਲੈ ਕੇ ਆ ਰਹੇ ਆ ਤੇ ਅਸੀਂ ਉਹਨਾਂ ਨੂੰ ਦੇਖੋ ਖਰਾਬ ਵੀ ਅਸੀਂ ਕੀਤੀਆਂ ਬਦਲਾਅ ਦੇ ਨਾਮ ਤੇ ਆਪਾਂ ਇਦਾਂ ਉਹਦੀ ਸੂਖਮਤਾ ਹੀ ਖਰਾਬ ਕਰ ਦਿੱਤੀ ਹੈਨਾ ਫਿਰ ਅਸੀਂ ਉਹਨੂੰ ਹੁਣ ਬਦਲਣ ਤੇ ਬਦਲਦੇ ਵੀ ਪਏ ਆ ਪਹਿਲੇ ਆਡੀਆਂ ਗੱਡੀਆਂ ਕਾਰਾਂ ਵਾਲਾ ਬੜਾ ਮਹਾਨ ਹੁੰਦਾ ਸੀ ਹੈਨਾ ਹੁਣ ਕੀ ਕਰਦੇ ਜਿਹੜਾ ਸਾਈਕਲ ਤੇ ਜਾ ਰਿਹਾ ਸਾਰੇ ਦੇਖਦੇ ਇਦੀ ਫਿਟਨੈਸ ਵਧੀਆ ਕਿੰਨਾ ਫਿਟ ਹੈ ਉਹ ਸਾਈਕਲ ਤੇ ਜਾ ਰਿਹਾ ਉਹ ਪ੍ਰਦੂਸ਼ਣ ਨਹੀਂ ਪਾ ਰਿਹਾ ਹੈਲੋ ਤੁਸੀਂ ਦੇਖੋ ਕਿ ਮਨ ਦੇ ਵਿਚਾਰ ਨੇ ਕੁਝ ਦਹਾਕੇ ਪਹਿਲੇ ਅਸੀਂ ਕਹਿੰਦੇ ਸੀ ਕਿ ਗੱਡੀ ਹੈ ਤੇ ਕਾਰ ਹੁਣ ਜਿਨ੍ਹਾਂ ਕੋ ਗੱਡੀਆਂ ਕਾਰ ਆ ਉਹ ਛੱਡ ਕੇ ਉਹ ਜਿਮ ਵਿੱਚ ਬਹੁਤ ਸਾਰਾ ਸਮਝ ਆਇਆ ਕਰਦੇ ਆ ਸਾਈਕਲਿੰਗ ਕਰਦੇ ਆ ਤਾਂ ਕਿ ਉਹ ਫਿਟ ਹੋ ਜਾਣਾ ਹੈਨਾ ਤਾਂ ਆਰਗੈਨਿਕ ਮਤਲਬ ਉਹ ਜੈਵਿਕ ਚੀਜ਼ਾਂ ਵੱਲ ਹੀ ਜਾ ਰਹੇ ਨੇ ਜਾ ਰਹੇ ਆ ਜੀ ਤੇ ਇਹ ਮਤਲਬ ਸਹੀ ਚੀਜ਼ ਆ অর্ਗੈਨਿਕ ਮੇਰਾ ਸਵਾਲ ਇੱਥੇ ਇਹ ਵੀ ਸੀ ਕਿ ਆਪਾਂ ਦਾਲਾਂ ਲੈ ਤਾਈ ਦੀਆਂ ਨਾ অর্ਗੈਨਿਕ ਦੇਖ ਕੇ ਪੈਕੇਟ ਦੇ ਉੱਤੇ ਲਿਖਿਆ ਹੁੰਦਾ অর্ਗੈਨਿਕ ਦਾਲੋ ਉਹ ਹੁੰਦੀ ਵੀ ਥੋੜੀ ਮਹਿੰਗੀ ਆ ਨਾਰਮਲ ਦਾਲ ਨਾਲੋਂ ਕਿ ਵਾਕਈ ਉਹ অর্ਗੈਨਿਕ ਹੁੰਦੀ ਐ ਇਸ ਗੱਲ ਦਾ ਦਾਵਾ ਕੌਣ ਦਿੰਦਾ ਮੈਂ ਤੁਹਾਨੂੰ ਉਹੀ ਕਹਿ ਰਹੀ ਨਾ ਕਿ ਮੇਰਾ ਜਿਹੜਾ ਪਰਸਨਲ ਥਿਊ ਹੈ ਕਿ ਉਹ ਇੱਕ ਮਿਥ ਹੈ ਜੀ ਇੰਨਾ ਜੈਵਿਕ ਅਸੀਂ ਨਹੀਂ ਬਣਾ ਸਕਦੇ ਇੰਨਾ ਵੀ ਨਹੀਂ ਅਸੀਂ ਬਣਾ ਸਕ ਬਣਾ ਸਕਦੇ ਜੀ ਕਿਤੇ ਕਿਤੇ ਹੁੰਦਾ ਵੀ ਹੋਵੇਗਾ ਬਟ ਹਰ ਜਗ੍ਹਾ ਹੁਣ ਤਾਂ ਹਰ ਜਗ੍ਹਾ ਬੈਨਰਸ ਆਰਗੈਨਿਕ ਮਤਲਬ ਹਰ ਚੀਜ਼ ਨਹੀਂ ਆਰਗੈਨਿਕ ਮਿਲ ਸਕਦੀ ਜੀ ਇਹ ਤਾਂ ਇਹ ਆ ਕਿ ਆਪਣੀ ਖੇਤੀਬਾੜੀ ਜਿਹੜੀ ਘਰ ਦੇ ਵਿੱਚ ਆਪ ਕਰੋ ਉਹ ਅਸੀਂ ਆਪ ਘਰ ਕਿਚਨ ਗਾਰਡਨ ਛੋਟਾ ਜਿਹਾ ਬਣਾਇਆ ਜਾਂ ਗਮਲੇ ਵਿੱਚ ਕੁਝ ਲਾਇਆ ਹਾਂ ਜੋ ਮੈਂ ਮੈਂ ਉਹਦਾ ਦੇ ਸਕਦੀ ਹਾਂ ਪ੍ਰਮਾਣ ਕਿ ਮੈਂ ਇਹਨੂੰ ਬੀਜਿਆ ਮੈਂ ਇਹਦੇ ਵਿੱਚ ਕੋਈ ਕੀਟ ਨਹੀਂ ਕੁਝ ਨਹੀਂ ਕੀਤਾਸ਼ਿਕ ਨਹੀਂ ਵਰਤਿਆ ਤਾਂ ਮੈਂ ਸਿਰਫ ਉਹਦਾ ਪ੍ਰਮਾਣ ਦੇ ਸਕਦੀ ਹਾਂ ਜੋ ਬਾਕੀ बिक ਰਿਹਾ ਹੈ ਮੈਂ ਉਹਦਾ ਕੋਈ ਵੀ ਮਾਰ ਨਹੀਂ ਦੇ ਸਕਦੀ ਕਿ ਇਜ਼ ਇਟ ਰੀਅਲ ਔਰ ਉਹ ਫੇਕ ਹੈ ਜੀ ਤੇ ਹੁਣ ਆਪਾਂ ਵਧਦੇ ਹਾਂ ਚਿਕਿਤਸਾ ਖੇਤਰ ਵੱਲ ਡਾਕਟਰੀ ਖੇਤਰ ਵੱਲ ਤੁਸੀਂ ਥੋੜਾ ਜਿਹਾ ਛੂਇਆ ਸੀ ਇਸ ਵਿਸ਼ੇ ਨੂੰ ਕੀ ਰੋਲ ਅਦਾ ਕਰਦਾ ਹੈ ਕਿ ਯੋਗਦਾਨ ਪਾਉਂਦਾ ਹੈ ਜੀਨ ਸੰਸ਼ੋਧਨ ਡਾਕਟਰੀ ਖੇਤਰ ਦੇ ਵਿੱਚ ਦੇਖੋ ਬਹੁਤ ਸਾਰੇ ਬੱਚੇ ਨਾ ਹੈਰਿਡੇਟਰੀ ਡਿਸਆਰਡਰਸ ਨਾਲ ਪੈਦਾ ਹੁੰਦੇ ਆ ਹੈਨਾ ਉਹਨਾਂ ਨੂੰ ਕੋਈ ਨਾ ਕੋਈ ਜੀਨ ਦੀ ਕਮੀ ਹੁੰਦੀ ਹੈ ਜੀਨ ਇੱਕ ਅਜਿਹੀ ਚੀਜ਼ ਹੈ ਕਿ ਜੇ ਇਸ ਤੇ ਇੱਕ ਵੀ ਜੀਨ ਜਿਹੜਾ ਅ ਇਨਸਾਨ ਦਾ ਜੀਨੋਮ ਹੈ ਉਹਦੇ ਚ ਹਜ਼ਾਰਾਂ ਜੀਨਾਂ ਨੇ ਹਮ ਹਰ ਜੀਨ ਇੱਕ ਵੱਖਰਾ ਉਤਪਾਦ ਬਣਾਉਂਦੀ ਹੈ ਹਮ ਹਰ ਜੀਨ ਦਾ ਇੱਕ ਵੱਖਰਾ ਮੇਰੇ ਵਾਲਾਂ ਦਾ ਰੰਗ ਕਿਦਾਂ ਦਾ ਹੋਣਾ ਹੈ ਇੱਕ ਵੱਖਰੀ ਜੀਨ ਡਿਸਾਈਡ ਕਰਦੀ ਹੈ ਮੇਰਾ ਰੰਗ ਕਿਦਾਂ ਦਾ ਹੋਣਾ ਹੈ ਮੇਰਾ ਕੱਦ ਕਿੰਨਾ ਹੋਣਾ ਹੈ ਹੈਨਾ ਮੇਰੇ ਹੱਥ ਠੀਕ ਕੰਮ ਕਰਦੇ ਮੇਰੀਆਂ ਲੱਤਾਂ ਠੀਕ ਚੱਲਦੀਆਂ ਤੋ ਹਰ ਇੱਕ ਜਿਹੜੀ ਜੀਨ ਹੈ ਉਹ ਇੱਕ ਪ੍ਰੋਟੀਨ ਪ੍ਰੋਡਕਟ ਬਣਾਉਂਦੀ ਹੈ ਜਿਹਨੇ ਉਹ ਫੰਕਸ਼ਨ ਨੂੰ ਰੈਗੂਲੇਟ ਕਰਨਾ ਹੈ ਕਿ ਕੀ ਇਹ ਸਹੀ ਫੰਕਸ਼ਨ ਕਰੇਗੀ ਜਾਂ ਨਹੀਂ ਫੰਕਸ਼ਨ ਕਰੇਗੀ ਹੁਣ ਜਿਹੜੀ ਤੁਸੀਂ ਗੱਲ ਪੁੱਛੀ ਸੀ ਕਿ ਚਿਕਿਤਸਾ ਦੇ ਖੇਤਰ ਵਿੱਚ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਪੈਦਾ ਹੁੰਦੇ ਨਾ ਬੱਚੇ ਮੇਨ ਉਹਦੇ ਚੋਹੀ ਹੈ ਕਿ ਇਹਨੂੰ ਥੈਰੇਪੀ ਕਰਕੇ ਜੈਨੇਟਿਕਲੀ ਤਬਦੀਲ ਕਰਕੇ ਉਹ ਜਿਹੜੀਆਂ ਪ੍ਰੋਬਲਮਸ ਐ ਐਮਬ੍ਰਾਇਓਨਿਕ ਮਤਲਬ ਜਦੋਂ ਹਜੇ ਮਾਂ ਦੇ ਪੇਟ 'ਚ ਬੱਚਾ ਹੁੰਦਾ ਤਾਂ ਉਹ ਜਿਹੜੇ ਅਸੀਂ ਸਕੈਨਿੰਗ ਕਿਉਂ ਕਰਾਉਂਦੇ ਆ ਫਿਟਲ ਟੈਸਟ ਕਰਾਉਂਦੇ ਸਕੈਨਿੰਗ ਕਰਾਉਂਦੇ ਆ ਤਾਂ ਕਿ ਕੋਈ ਜਿਹੜਾ ਜਨਮ ਜਾਤ ਡਿਸਆਰਡਰ ਹੈ ਉਹਦਾ ਪਤਾ ਲਾਇਆ ਜਾ ਸਕੇ ਉਦੋਂ ਐਮਬ੍ਰੀਓਨਿਕ ਸੈਲਸ ਸੈਪਰੇਟ ਕਰਕੇ ਉਹਦੇ ਵਿੱਚ ਤਬਦੀਲੀ ਕਰਕੇ ਇੱਕ ਨਾਰਮਲ ਹੈਲਦੀ ਬੇਬੀ ਪੈਦਾ ਕੀਤਾ ਜਾ ਸਕੀ ਹੂੰ ਤੇ ਇਹ ਇੱਕ ਨਾ ਟਰਮ ਆ ਡਿਜੀਟਲ ਬੇਬੀਜ਼ ਕਰਕੇ ਹੈਨਾ ਅੱਜ ਅਸੀਂ ਸੋਸ਼ਲ ਮੀਡੀਆ ਦੀ ਫਿਰ ਮੈਂ ਗੱਲ ਕਰੂੰਗੀ ਆਪਾਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਆ ਜਾਏਗਾ ਕਿ ਜਿਹੋ ਜਿਹੇ ਸਾਨੂੰ ਬੱਚਾ ਚਾਹੀਦਾ ਹੈ ਅਸੀਂ ਉਹੋ ਜਿਹੇ ਪਾ ਸਕਦੇ ਆ ਮਸ਼ੀਨਾਂ ਦੇ ਨਾਲ ਜਿਹੜੇ ਬੱਚੇ ਪੈਦਾ ਹੋਣਗੇ ਹਜੇ ਤਾਂ ਸਾਨੂੰ ਹਾਸਾ ਆਉਂਦਾ ਸੋਚ ਕੇ ਕਿ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਤੇ ਕੀ ਵਾਕਈ ਇਹੋ ਜੇ ਸਮਾਂ ਆਏਗਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਨਾ ਵੀ ਰੰਗ ਕਾਲੇ ਵਾਲ ਜਿਹੜੇ ਆ ਕਾਲੇ ਆ ਰੰਗ ਕਿਹੋ ਜਿਹੇ ਹੋਣਾ ਚਾਹੀਦਾ ਉਹ ਚੀਜ਼ਾਂ ਨੈਟ ਜਿਹੜਾ ਦੱਸ ਰਿਹਾ ਸਾਨੂੰ ਵੀ ਉਹ ਚੀਜ਼ਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹਾਂ ਵੀ ਕਿਸ ਤਰ੍ਹਾਂ ਦਾ ਬੱਚਾ ਹੋ ਸਕਦਾ ਉਸ ਦਾ ਦਿਮਾਗ ਇਸ ਤਰ੍ਹਾਂ ਦਾ ਹੋ ਸਕਦਾ ਇੱਥੋਂ ਤੱਕ ਕਿ ਮੈਨੂੰ ਲੱਗਦਾ ਕਿ ਬਾਹਰ ਇਹ ਟੈਕਨੋਲੋਜੀ ਹੈਗੀ ਆ ਕਿ ਸਾਨੂੰ ਲੜਕਾ ਚਾਹੀਦਾ ਹੈ ਜਾਂ ਲੜਕੀ ਚਾਹੀਦੀ ਹੈ ਜਾਂ ਫਿਰ ਟਵਿਨਸ ਚਾਹੀਦੇ ਆ ਆਪਣੇ ਭਾਰਤ ਵਿੱਚ ਹਜੇ ਇਹ ਟੈਕਨੋਲੋਜੀ ਨਹੀਂ ਹੈ ਕੀ ਕਹਿਣਾ ਚਾਹੋਗੇ ਡਿਜੀਟਲ ਬੇਬੀਜ਼ ਵਾਸਤੇ ਕੀ ਹੈ ਤਮ ਡਿਜੀਟਲ ਬੇਬੀਸ ਉਹਨਾਂ ਨੂੰ ਹਾਸਾ ਲੱਗੇਗਾ ਡਿਜੀਟਲ ਬੇਬੀ ਡਿਜ਼ਾਈਨਰ ਬੇਬੀ ਵੀ ਇਹਨੂੰ ਕਹਿੰਦੇ ਜਿਵੇਂ ਡਿਜ਼ਾਈਨਰ ਸੂਟ ਨਹੀਂ ਬਣਵਾਉਂਦੇ ਅਸੀਂ ਬੁਟੀਕ ਤੋਂ ਕਿ ਐਦਾਂ ਕਰਦੇ ਆ ਜੀ ਏਦਾਂ ਬਣਾ ਦਿਓ ਆ ਲੇਸ ਲਾ ਦਿਓ ਉਦਾਂ ਹੀ ਹੁਣ ਇਹਦੀ ਵੀ ਆਇਾਤ ਹੋ ਰਹੀ ਹੈ ਡਿਜੀਟਲ ਬੇਬੀਜ਼ ਦੀ ਮੈਂ ਤੁਹਾਨੂੰ ਦੱਸਦੀ ਜਿਹੜਾ ਫਰਸਟ ਡਿਜੀਟਲ ਬੇਬੀ ਸੀ ਨਾ ਉਹ ਤਕਰੀਬਨ 24 ਸਾਲ ਦੀ ਉਮਰ ਹੋ ਜਾਣੀ ਉਹਦੀ ਹੁਣ ਇਸੇ ਅਗਸਟ ਵਿੱਚ ਅੱਛਾ 2000 ਵਿੱਚ ਐਡਮ ਨੈਸ਼ ਦਾ ਇੱਕ ਡਿਜੀਟਲ ਬੱਚਾ ਜਿਹੜਾ ਡਿਜ਼ਾਈਨਰ ਬੱਚਾ ਸੀ ਕਾਲੋਰਾਡੋ ਅਮਰੀਕਾ ਹਾਂ ਇੰਡੀਆ ਵਿੱਚ ਥੋੜੇ ਐਥੀਕਲ ਇਸ਼ੂ اخਲਾਕਿਕ ਜਿਹੜੇ ਕਨਸਰਨਸ ਐ ਉਹਦੇ ਕਰਕੇ ਹਜੇ ਇਹ ਘੱਟ ਪ੍ਰਚਲਿਤ ਹੈ ਬਟ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਇੱਥੇ ਵੀ ਕਾਮਨ ਹੋ ਜਾਊਗਾ ਤਾਂ ਉਹ ਜਿਹੜਾ ਵੈਸੇ ਇਹਨੂੰ ਸਪੋਰਟ ਨਹੀਂ ਕਰਦੇ ਕਿ ਇੰਨੀ ਛੇੜਛਾੜ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਕੁਦਰਤ ਦੇ ਨਾਲ ਤਾਂ ਉਹ ਐਡਮ ਨੈਸ਼ ਨਾਮ ਦਾ ਉਹ ਉਹਦੇ ਫੈਮਲੀ ਵਿੱਚ ਸੀ ਇੱਕ ਫੈਂਕਨੀ ਅਨੀਮੀਆ ਨਾਲ ਦੀ ਬਿਮਾਰੀ ਸੀ ਅੱਛਾ ਹੁਣ ਉਹਦੀ ਜੀਨਸ 'ਚੋਂ ਉਹਦੇ ਜੀਨੋਮ 'ਚੋਂ ਉਹ ਵਾਲੀ ਬਿਮਾਰੀ ਉਹਨਾਂ ਨੇ ਸਾਇਲੈਂਸ ਕਰ ਦਿੱਤੀ ਕੱਢ ਦਿੱਤੀ ਠੀਕ ਕਰਤੀ ਉਹਦੀ ਇੱਕ ਭੈਣ ਵੀ ਸੀ ਵੱਡੀ ਮੌਲੀ ਹੂੰ ਉਹਦੀ ਸਿਬਲਿੰਗ ਉਹ ਵਾਲੇ ਡਿਜ਼ੀਜ਼ ਨਾਲ ਪੈਦਾ ਹੋਈ ਸੀ ਬਟ ਆਡਮ ਨਾਸ਼ ਇੱਕ ਜਿਹੜਾ ਡਿਜ਼ਾਈਨਰ ਬੇਬੀ ਸੀ ਜਦੇ ਵਿੱਚੋਂ ਉਹਨਾਂ ਨੇ ਉਹ ਸਾਰੀਆਂ ਜੀਨਸ ਡਿਸਟਰੋਏ ਕਰਤੀਆਂ ਤੇ ਉਹ ਇੱਕ ਨਾਰਮਲ ਹੈਲਦੀ ਬੇਬੀ ਹੋਇਆ ਲੱਗਦਾ 29 ਅਗਸਤ 2000 ਦੇ ਵਿੱਚੋਂ ਪੈਦਾ ਹੋਇਆ ਸੀ ਤੇ ਹੁਣ ਉਹ 24 ਸਾਲ ਦਾ ਹੋਣ ਵਾਲਾ ਤੇ ਇੱਕ ਨਾਰਮਲ ਜੀਵ ਦੀ ਤਰ੍ਹਾਂ ਉਹ ਵਿਚਰ ਰਿਹਾ ਦੁਨੀਆ ਦੇ ਵਿੱਚ ਫਿਰ ਇਦਾਂ ਜਿਵੇਂ ਅਸੀਂ ਬਹੁਤਾ ਪਿੱਛੇ ਨਾ ਜਾਈਏ 2018 ਜਾਂ 17 ਵਿੱਚ ਚੀਨ ਦੇ ਇੱਕ ਵਿਗਿਆਨੀ ਨੇ ਹੀ ਨਿਵਾਂਚੀ ਉਹਨੇ ਕਿ ਇੱਕ ਇਦਾਂ ਦੀ ਖੋਜ ਕੀਤੀ ਉਸਦੇ ਦੋ ਟਵਿਨ ਬੱਚਿਆਂ ਦੇ ਉਹਨੇ ਉਹਦਾ ਜੈਨੇਟਿਕ ਮੋਡੀਫਿਕੇਸ਼ਨ ਕਰਤੀ ਐਚ ਆਈ ਵੀ ਜੀਨ ਦੀ ਕੋਈ ਸਾਇਲੈਂਸਿੰਗ ਕਰਤੀ ਠੀਕ ਹੈ ਉਹਨੇ ਅਨਾਉਂਸ ਕਰਤਾ ਕਿ ਦੋ ਡਿਜ਼ਾਈਨਰ ਬੱਚੇ ਇਦਾਂ ਬਣਾਏ ਆ ਮੈਂ ਹੈਨਾ ਬਟ ਉਹਦੇ ਨਾਲ ਤਹਿਲਕਾ ਮਚ ਗਿਆ ਚੀਨ ਦੇ ਵਿੱਚ ਰਿਸਰਚ ਦੇ ਖੇਤਰ ਵਿੱਚ ਤਹਿਲਕਾ ਮਚ ਗਿਆ ਕਿ ਇੰਨਾ ਤੁਸੀਂ ਨਹੀਂ ਛੇੜਛਾੜ ਕਰ ਸਕਦੇ ਫਿਰ ਬਕਾਇਦਾ ਉਹਨੂੰ 3 ਸਾਲ ਜੇਲ ਹੋਈ ਅੱਛਾ ਜੀ ਉਸ ਸਾਇੰਟਿਸਟ ਨੂੰ 3 ਸਾਲ ਜੇਲ ਹੋਈ ਤੇ ਉਹਨੂੰ illegal medical practices ਦਾ ਉਹਦੇ ਤੇ ਬਲੇਮ ਲੱਗਿਆ ਹੁਣ ਤਾਂ ਉਹ ਜੇਲ੍ਹ ਤੋਂ ਰਿਹਾ ਹੋ ਗਿਆ ਹੋਏਗਾ ਬਟ ਉਹਦੇ ਨਾਲ ਹੀ ਸੇਧ ਹੋ ਗਈ ਕਿ ਇੰਨੀ ਇੰਨੀ ਚੇਂजेस ਨਾ ਕਰੋ ਤੁਸੀਂ ਦੇਖੋ ਇਹਦੇ ਕੌਨਸ ਕਿੰਨੇ ਆ ਕੋਈ ਮਿਸਯੂਜ਼ ਕਰ ਲੇ ਕੋਈ ਇਦਾਂ ਦਾ ਜੋ ਅਡਾਇਗ੍ਰੇਸ਼ਨ ਵਾਲਾ ਆ ਜਾਂ ਕੋਈ ਇਦਾਂ ਦਾ ਫੈਕਟਰ ਪਾ ਦੇ ਜਿਹਦੇ ਨਾਲ ਕੋਈ ਖਤਰਨਾਕ ਜੀਵ ਪੈਦਾ ਹੋ ਜੇ ਹੈਨਾ ਇੱਕ ਤਾਂ ਇਹ ਕਿੰਨੀ ਵੱਡੀ ਇੱਕ ਚਿੰਤਾ اخਲਾਕੀ ਇੱਕ ਇਹਦੀ ਇੰਨਾ ਵੱਡੀ ਇਹ ਚਿੰਤਾ ਹੈ ਨਾ ਕਿ ਕੁਝ ਅਜੀਹਾ ਮਿਸਯੂਜ਼ ਨਾ ਹੋ ਜੇ ਕਿ ਉਹਨੂੰ ਅਸੀਂ ਕੋਈ ਹੋਰੀ ਪ੍ਰਜਾਤੀ ਜਿਹੜੀ ਹੈ ਹਾਂ ਮਨੁੱਖ ਦੀ ਸੋਧ ਕਰਦੇ ਕਰਦੇ ਅਸੀਂ ਕੁਝ ਹੋਰ ਅਜੀਹਾ ਨਾ ਬਣਾ ਸਕੀਏ ਜਿਹੜਾ ਬਾਅਦ ਵਿੱਚ ਸਾਨੂੰ ਪਛਤਾਣਾ ਪਿਆ ਤੇ ਫਿਰ ਉਹ ਕਹਿੰਦੇ ਨੇ ਨੈਵਰ ਕ੍ਰਾਇਓਵਾਸ ਸਪੈਲਟ ਮਿਲਕ ਬਾਅਦ ਵਿੱਚ ਕੁਝ ਵੀ ਫਿਰ ਪੱਲੇ ਨਹੀਂ ਦੂਸਰਾ ਹੈ ਕਿ ਇਹ ਜਿਹੜੀ ਪ੍ਰਕਿਰਿਆ ਹੈ ਇਹ ਬਹੁਤ ਮਹਿੰਗੀ ਹੈ ਜੀ ਤੂੰ ਸੋਚੋ ਗਰੀਬ ਬੰਦਾ ਤੇ ਸੂਟ ਨਹੀਂ ਡਿਜ਼ਾਈਨ ਕਰਾ ਸਕਦਾ ਹੈ ਨਾ ਬੱਚਾ ਡਿਜ਼ਾਈਨ ਕਰਾਉਣ ਦਾ ਤੇ ਉਹ ਸੋਚ ਵੀ ਨਹੀਂ ਸਕਦਾ ਜਿਹਨੂੰ ਦੋ ਵਕਤ ਦੀ ਰੋਟੀ ਮਸਾ ਮੁਸ਼ਕਿਲ ਨਾਲ ਮਿਲਦੀ ਹੈ ਤਾਂ ਇਹ ਕਹਿ ਲਓ ਕਿ ਬਹੁਤ ਅਮੀਰ ਹੈ ਕੋਈ ਤਾਂ ਉਹੀ ਇਹਨੂੰ ਅਫੋਰਡ ਕਰ ਸਕਦਾ ਹੈ ਉਹ ਵੀ ਲੁੱਕ ਛਿਪ ਕੇ ਹਮ ਇੰਡੀਆ ਵਿੱਚ ਤੇ ਐਥਿਕਲੀ ਇਹ ਪਰਵਾਨ ਨਹੀਂ ਹੈਗਾ ਔਰ ਕਈ ਸਾਡੇ ਦਰਸ਼ਕਾਂ ਨੇ ਅੱਜ ਪਹਿਲੀ ਵਾਰ ਇਹ टर्म ਸੁਣੀ ਹੋਊਗੀ ਡਿਜ਼ਾਈਨਰ ਬੱਚਾ ਜਾਂ ਫਿਰ ਕਹੋ ਕਿ ਡਿਜੀਟਲ ਬੇਬੀਜ਼ ਹੈ ਨਾ ਤੁਸ ਦੇਖਣਾ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਔਰ ਜੀਨ ਸੰਸ਼ੋਧਨ ਅੱਜ ਦਾ ਵਿਸ਼ਾ ਹੈ ਔਰ ਡਾਕਟਰ ਰਸਨੀਤ कौर ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਬਹੁਤ ਹੀ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਕਰ ਰਹੇ ਨੇ ਕਿਸ ਤਰ੍ਹਾਂ ਜੀਨ ਸੰਸ਼ੋਧਨ ਨੇ ਸਾਡੇ ਤੇ ਸਾਡੇ ਜੀਵਨ ਤੇ ਅਸਰ ਪਾਇਆ ਸੋ ਚਿਕਿਤਸਾ ਦੀ ਆਪਾਂ ਗੱਲ ਕਰ ਰਹੇ ਸੀ ਡਾਕਟਰੀ ਖੇਤਰ ਦੀ ਗੱਲ ਕਰ ਰਹੇ ਸੀਗੇ ਹੁਣੇ-ਹੁਣੇ ਆਪਾਂ ਡਿਜੀਟਲ ਬੇਬੀਜ਼ ਦੀ ਜਿਹੜੀ ਗੱਲ ਕੀਤੀ ਹੈ ਉਸ ਦੇ ਨਾਲ ਹੋਰ ਕਈ ਬਿਮਾਰੀਆਂ ਦੀ ਜੇ ਮੈਂ ਗੱਲ ਕਰਾਂ ਵੀ ਜਿੱਦਾਂ ਜਿੱਦਾਂ ਸਟਾਰਟ ਦੇ ਵਿੱਚ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਜਿਹੜੇ ਅੱਜ ਵਿਗਿਆਨ ਨੇ ਅਜ ਲੱਭ ਲਿਆ ਨਾ ਇੱਕ ਸਮਾਂ ਸੀ ਜਦੋਂ ਅਸੀਂ ਸੋਚਦੇ ਸੀ ਕਿ ਜੇ ਇਹ ਬਿਮਾਰੀ ਲੱਗ ਗਈ ਤੇ ਮਤਲਬ ਕਿ ਬੰਦਾ ਖਤਮ ਆ ਇਸ ਦਾ ਕੋਈ ਇਲਾਜ ਨਹੀਂ ਆ ਇਹੋ ਜਿਹੀਆਂ ਕਿਹੜੀਆਂ ਬਿਮਾਰੀਆਂ ਨੇ ਅ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਜਿਦਾ ਵਿਗਿਆਨ ਨੇ ਅੱਜ ਹੱਲ ਲੱਭਿਆ ਜੈਨੇਟਿਕ ਇੰਜੀਨੀਅਰਿੰਗ ਨੇ ਬਹੁਤ ਸਾਰੀ ਉਹਦੇ ਵਿੱਚ ਹੁਣ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਕੋਵਿਡ-19 ਦੀ ਮਹਾਮਾਰੀ ਤੋਂ ਅਸੀਂ ਅਜੇ ਉੱਬਰ ਹੀ ਰਹੇ ਆ ਤਾਂ ਉਹਦੀ ਵੈਕਸੀਨ ਬਣਾਉਣ 'ਚ ਵੀ ਜੈਨੇਟਿਕ ਇੰਜੀਨੀਅਰਿੰਗ ਦਾ ਬਹੁਤ ਜ਼ਿਆਦਾ ਰੋਲ ਰਿਹਾ ਹੈ ਥੈਨ ਫਿਰ ਇੱਕ ਸਿਕਲ ਸੈਲ ਅਨੀਮੀਆ ਇੱਕ ਕਿਸਮ ਦੀ ਬਿਮਾਰੀ ਸੀ ਉਹਦੇ ਵਿੱਚ ਕੀ ਹੁੰਦਾ ਸਿਕਲ ਦਾਤੀ ਨੂੰ ਕੰਨੇ ਆ ਫਸਲਾ ਖੇਤਾ ਚ ਆਪਾਂ ਵਰਤਦੇ ਆ ਨਾ ਜਿਹੜੀ ਦਾਤੀ ਵੈਸੇ ਪੰਜਾਬ ਵਿੱਚ ਇਹ ਜ਼ਿਆਦਾ ਬਿਮਾਰੀ ਨਹੀਂ ਹੁੰਦੀ ਹੈ ਬਾਹਰਲੇ ਦੇਸ਼ ਚ ਬਹੁਤ ਜ਼ਿਆਦਾ ਹੁੰਦੀ ਹੈ ਪਰ ਇੰਡੀਆ ਚ ਵੀ ਹੁੰਦੀ ਹੈ ਟ్రਾਈਬਲ ਪੋਪੂਲੇਸ਼ਨ ਨੂੰ ਮੈਨੂੰ ਲੱਗਦਾ ਜੇ ਆਪਾਂ ਡਾਟਾ ਦੇਖੀਏ ਤਾਂ 20 ਮਿਲੀਅਨ ਲੋਕ ਹਜੇ ਵੀ ਸਿਕਲ ਸੈਲ ਤੋਂ ਪ੍ਰਭਾਵਿਤ ਨੇ ਆਪਣੇ ਭਾਰਤ ਦੇ ਵਿੱਚ ਜੇ ਪਿਛਲੇ ਸਾਲ ਦਾ ਡਾਟਾ ਦੇਖੀਏ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡੇ ਲਾਲ ਰક્ત ਕੋਸ਼ ਨੇ ਰੈੱਡ ਬਲੱਡ ਸੈੱਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਦੀ ਨਾਰਮਲ ਸ਼ੇਪ ਕੀ ਹੈ ਥੋੜੀ ਓਵਲ ਹੁੰਦੀ ਹੈ ਗੋਲ ਜੇ ਹੁੰਦੇ ਆ ਬਟ ਉਹਨਾਂ 'ਚ ਤਬਦੀਲੀ ਆ ਜਾਂਦੀ ਹੈ ਜਿਹੜੀ ਡਿਸਆਰਡਰ ਆ ਜਾਂਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਉਹਨਾਂ ਦੀ ਦਾਤੜ ਵਰਗੀ ਸ਼ੇਪ ਬਣ ਜਾਂਦੀ ਹੁਣ ਉਹ ਛੋਟੀ ਸ਼ੇਪ 'ਚ ਆਕਸੀਜਨ ਘੱਟ ਸਬੰਦੀ ਹੈ ਤੇ ਉਹ ਕਿਤੇ ਨਾ ਕਿਤੇ ਨਾੜੀਆਂ ਵਿੱਚ ਵੀ ਜੰਮਣ ਲੱਗ ਜਾਂਦਾ ਹੈ ਬਲੱਡ ਤਾਂ ਉਹ ਆਪਣਾ ਪੂਰਾ ਪੋਸ਼ਣ ਨਹੀਂ ਦੇ ਸਕਦਾ ਤੇ ਉਹ ਜਿਹੜਾ ਇਨਸਾਨ ਹੈ ਅਨੀਮੀਆ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਜਿਹੜੇ ਲਾਲ ਜਿਹੜੇ ਲਕਤ ਕੋਸ਼ ਨੇ ਉਹਨਾਂ ਦੀ ਨਾਰਮਲ ਜਿਹੜੀ ਜ਼ਿੰਦਗੀ ਹੈ 120 ਦਿਨ ਦੇ ਕਰੀਬ ਹੈ ਬਟ ਉਹਦੇ ਵਿੱਚ ਕੀ ਹੋ ਜਾਂਦਾ ਕਿ ਉਹ ਜਲਦੀ ਮਰਨ ਲੱਗ ਜਾਂਦੇ ਆ ਤੇ ਉਹਦੇ ਨਾਲ ਬੰਦੇ ਨੂੰ ਵੀਕਨੈਸ ਆਣ ਲੱਗ ਜਾਂਦੀ ਹੁਣ ਇਦਾਂ ਦੀਆਂ ਜੀਨਸ ਜੀਨ ਜੈਨੇਟਿਕ ਇੰਜੀਨੀਅਰਿੰਗ ਨਾਲ ਅਜਿਹੀਆਂ ਜੀਨਸ ਜਿਹੜੀਆਂ ਹਿਮੋਗਲੋਬਿਨ ਦੀ ਉਹ ਸ਼ੇਪ ਬਦਲਦੀਆਂ ਸੀ ਉਹਨਾਂ 'ਚ ਤਬਦੀਲੀ ਲੈ ਕੇ ਆਂਦੀ ਹੈ ਤਾਂ ਕਿ ਉਹਦੇ ਵਿੱਚ ਅਸੀਂ ਸੁਧਾਰ ਲੈ ਕੇ ਆ ਸਕੀਏ ਬਾਹਰ ਤਾਂ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ ਅਫਰੀਕਨ ਕੰਟਰੀ ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਤੇ ਕੰਟਰੋਲ ਪਾ ਲਿਆ ਹੈ ਭਾਰਤ ਵਿੱਚ ਵੀ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਸੰਭਾਵਨਾ ਕਿ ਅਸੀਂ ਬਹੁਤ ਜਲਦੀ ਇਹਦੇ ਤੇ ਵੀ ਕੰਟਰੋਲ ਪਾ ਲਾਂਗੇ ਜੀ ਭਾਰਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਜ਼ਿਆਦਾ ਲੋਕ ਜਿਹੜੇ ਡਾਇਬਟੀਜ਼ ਦੇ ਬੜੇ ਸ਼ਿਕਾਰ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਡਾਇਬਟੀਜ਼ ਯਾਨੀ ਜਿਹਨੂੰ ਆਪਾਂ 슈ਗਰ ਕਹਿ ਦਿੰਨੇ ਆ 슈ਗਰ ਦਾ ਕੋਈ ਨਾ ਕੋਈ ਮਰੀਜ਼ ਹੁੰਦਾ ਹੈ ਕੀ ਉਹਦੇ ਵਿੱਚ ਵੀ ਇਸ ਦਾ ਕੋਈ ਯੋਗਦਾਨ ਹੈ ਦੇ ਡੈਫੀਨੇਟਲੀ ਡਾਇਬੀਟਿਸ ਵਿੱਚ ਵੀ ਡਾਇਬੀਟਿਸ ਜਨਰਲੀ ਤਿੰਨ ਤਰ੍ਹਾਂ ਦੀ ਟਾਈਪ 1 ਜਿਹਦੇ ਵਿੱਚ ਇੱਕ ਇਨਸੂਲਿਨ ਨਾਮ ਦਾ ਹਾਰਮੋਨ ਹੈ ਜਿਹੜਾ ਸਾਡੀ ਪੈਂਕਰੀਆਜ਼ ਬਣਾਉਂਦੀ ਹੈ ਜੀ ਟਾਈਪ 1 ਵਾਲਿਆਂ ਚ ਕਿ ਇਨਸੂਲਿਨ ਬਣਦਾ ਹੀ ਨਹੀਂ ਹੈ ਟਾਈਪ 2 ਵਾਲਿਆਂ ਚ ਕਿ ਇਨਸੂਲਿਨ ਬਣਦਾ ਹੈ ਜੀ ਇਹਨੂੰ ਬਣਾਉਂਦੀ ਹੈ ਬਟ ਜਾਂ ਤਾਂ ਉਹ ਸਥਾਈ ਰੂਪ ਚ ਕੰਮ ਨਹੀਂ ਕਰਦਾ ਜਾਂ ਉਹ ਬਹੁਤ ਘੱਟ ਕੰਮ ਕਰਦਾ ਹੈ ਕਿ ਉਹ ਬੇਅਸਰ ਹੁੰਦਾ ਹੈ ਤੀਸਰਾ ਜੈਸਟੇਸ਼ਨਲ ਡਾਇਬੀਟਿਸ ਜੋ ਸਿਰਫ ਗਰਭ ਅਵਸਥਾ ਵਿੱਚ ਇਸਤਰੀ ਨੂੰ ਜੈਸਟੇਸ਼ਨ ਟਾਈਮ ਹੀ ਉਹ ਵਾਲੀ ਡਾਇਬੀਟਿਸ ਹੋ ਜਾਂਦੀ ਹੈ ਤੇ ਉਹ ਜਦੋਂ ਬੱਚੇ ਦੀ ਬੱਚਾ ਹੋ ਜਾਂਦਾ ਹੈ ਉਹਦੇ ਤੋਂ ਬਾਅਦ ਉਹ ਫਿਰ ਨੋਰਮਲ ਹੋ ਜਾਂਦੀ ਠੀਕ ਹੈ ਤੇ ਹੁਣ ਡਾਇਬੀਟਿਸ ਜਿਹੜੀ ਹੈ ਮੈਨੂੰ ਲੱਗਦਾ ਇੰਡੀਆ 'ਚ ਜੇ ਆਪਾਂ 3 ਸਾਲ ਪਹਿਲੇ ਦਾ ਰਿਕਾਰਡ ਦੇਖੀਏ ਤਾਂ ਮਨ 75 76 ਮਿਲੀਅਨ ਦੇ ਕਰੀਬ ਲੋਕ ਸੀ ਜਿਹੜੇ ਡਾਇਬੀਟਿਸ ਤੋਂ ਪੀੜਿਤ ਸੀ ਬਟ ਜੇ ਹੁਣ ਵੇਖੀਏ ਤਾਂ 100 ਮਿਲੀਅਨ ਨੂੰ ਵੀ ਅਸੀਂ ਟੱਪ ਚੁੱਕੇ ਆ ਤਾਂ ਇੰਨੇ ਲੋਕਾਂ ਨੂੰ ਡਾਇਬੀਟਿਸ ਹੈ ਬਹੁਤ ਸਾਰੇ ਲੋਕ ਹਜੇ ਇਹ ਤਾਂ ਡਾਟਾ ਉਹ ਹੈ ਜਿਹੜੇ ਲੋਕ ਜਿਨ੍ਹਾਂ ਨੂੰ ਪਤਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿੰਨਿਆਂ ਨੂੰ ਪਤਾ ਹੈ ਉਹਦੇ ਤੋਂ ਵੱਧ ਜਨਤਾ ਹੈ ਜਿਹਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਡਾਇਬੀਟਿਸ ਦੇ ਮਰੀਜ਼ ਔਰ ਉਹ ਨਿਰੰਤਰ ਆਪਣਾ ਸੇਵਨ ਕਰੀ ਜਾ ਰਹੇ ਨੇ ਜੀ ਹੁਣ ਇਹਦੇ ਵਿੱਚ ਇਨਸੂਲਿਨ ਜਿਹੜਾ ਹੈ ਨਾ ਮੇਨ ਹਾਰਮੋਨ ਹੈ ਜਿਹੜਾ ਕਿ ਡਾਇਬੀਟਿਸ ਨੂੰ ਕੰਟਰੋਲ ਕਰਦਾ ਹੈ ਜੀ ਪਹਿਲਾਂ ਕੀ ਕਰਦੇ ਸੀ ਕਿ ਜਿਹੜਾ ਜਿਹਦੇ ਚ ਇਨਸੂਲਿਨ ਨਹੀਂ ਬਣਦਾ ਉਹ ਇੱਕ ਸੂਰਾਂ ਤੋਂ ਜਾਂ ਗਾਈਆਂ ਤੋਂ ਉਹਨਾਂ ਦਾ ਸਲਟਰ ਕਰਕੇ ਉਹਨਾਂ ਦੇ ਕਾਫ ਤੇ ਉਹਦੇ ਚੋਂ ਮਸਲ ਚੋਂ ਉਹਦੇ ਚੋਂ ਇਨਸੂਲਿਨ ਬਣਾਉਂਦੇ ਸੀ ਪਰ ਬਹੁਤ ਵਾਰੀ ਇੱਦਾਂ ਹੁੰਦਾ ਹੁਣ ਦੇਖੋ ਐਥੀਕਲ ਇਸ਼ੂ ਆ ਗਿਆ ਨਾ ਹੁਣ ਜੇ ਅਸੀਂ ਉਹ ਜੀਵਾਂ ਦਾ ਉਹ ਵਰਤਦੇ ਆਂ ਬੜੀ ਵਾਰ ਕੀ ਹੈ ਜ਼ਰੂਰੀ ਨਹੀਂ ਕਿ ਸਾਡੇ ਨਾਲ ਉਹ ਮੇਲ ਖਾਂਦਾ ਹੋਵੇ ਅਲਰਜਿਕ ਰਿਐਕਸ਼ਨਸ ਹੋ ਜਾਂਦੀਆਂ ਸੀ ਕਈਆਂ ਨੂੰ ਨਹੀਂ ਸੂਟ ਕਰਦਾ ਸੀ ਹੁਣ ਕਈ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਦਾ ਇਸ਼ੂ ਹੁੰਦਾ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਜੀਵ ਤੋਂ ਲਈ ਹੈ ਵੀ ਮੈਂ ਇਹ ਚੀਜ਼ ਨਹੀਂ ਹੈ ਨਾ ਫਿਰ ਉਹ ਤਾਂ ਇਲਾਜ ਤੋਂ ਵਾਂਝੇ ਰਹਿ ਗਏ ਬਟ ਹੁਣ ਕੀ ਕਰਦੇ ਜੈਨੇਟਿਕ ਇੰਜੀਨੀਅਰਿੰਗ ਨਾਲ ਜਿਹੜਾ ਮਾਮੇਲੀਅਨ ਇਨਸੂਲਿਨ ਹੈ ਜਿੱਦਾਂ ਦਾ ਸਾਡਾ ਇਨਸੂਲਿਨ ਹੈ ਉਦਾਂ ਦਾ ਹੀ ਇنسੂਲਿਨ ਬਣਾ ਲੈ ਆ ਬਣਾ ਲਿਆ ਜਾਂਦਾ ਆਰਟੀਫੀਸ਼ੀਅਲ ਤਰੀਕੇ ਨਾਲ ਬੈਕਟੀਰੀਆ ਦੀ ਇੱਕ ਐਸਚਰੀਸ਼ੀਆ ਕੋਲਾਏ ਨਾਮ ਦੀ ਪ੍ਰਜਾਤੀ ਹੈ ਜਿਹੜੇ ਉਹ ਬੈਕਟੀਰੀਆ ਦੇ ਵਿੱਚ ਉਹ ਇنسੂਲਿਨ ਦੀ ਪ੍ਰੋਡਕਸ਼ਨ ਕਰ ਲੈਂਦੇ ਆ ਫਿਰ ਉਹ ਜਿਹੜਾ ਇنسੂਲਿਨ ਹੈ ਆਸ ਮੈਡੀਸਨ ਜਾਂ ਐਸ ਇੰਜੈਕਸ਼ਨ ਅਸੀਂ ਪੇਸ਼ੈਂਟਸ ਨੂੰ ਦਿੰਦੇ ਆ ਤਾਂ ਕਿ ਉਹ ਜਿਹੜਾ ਉਹਨਾਂ ਦਾ 슈ਗਰ ਜਿਹੜੀ ਹੈ ਲੈਵਲ ਜਿਹੜਾ ਬਲੱਡ ਵਿੱਚ ਗਲੂਕੋਜ਼ ਦਾ ਲੈਵਲ ਹੈ ਉਹ ਕੰਟਰੋਲ ਹੋ ਸਕੇ ਜੀ ਮਤਲਬ ਹਰ ਬਿਮਾਰੀ ਦਾ ਜੇ ਕੈਂਸਰ ਤੱਕ ਦੀ ਬਿਮਾਰੀ ਦਾ ਤੁਸੀਂ ਦੱਸ ਰਹੇ ਹੋ ਕਿ ਇਲਾਜ ਇਸ ਨੇ ਕੱਢ ਲਿਆ ਕੈਂਸਰ ਦੇ ਬਹੁਤ ਸਾਰੇ ਅੰਸ਼ਾ ਨੂੰ ਹੁਣ ਜਿਵੇਂ ਕੈਂਸਰ ਸੈਲਸ ਹੈ ਉਹਨਾਂ ਦੀ ਅਬਨਾਰਮਲ ਗਰੋਥ ਹੈ ਉਹਨਾਂ ਨੇ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਹੁਣ ਉਹਨਾਂ ਦੇ ਪਿੱਛੇ ਔਨਕੋ ਜੀਨਸ ਹੈ ਕੈਂਸਰ ਕੌਜ਼ਿੰਗ ਜਿਹੜੇ ਚੀਜ਼ਸ ਹੈ ਉਹਨਾਂ ਦਾ ਵੀ ਬਹੁਤ ਹੱਦ ਤੱਕ ਹੱਲ ਲੱਭ ਲਿਆ ਹੈ ਹੈਨਾ ਤਕਨੀਕਾਂ ਚੱਲ ਰਹੀਆਂ ਹਨ ਜਿਹਦੇ ਨਾਲ ਕੈਂਸਰ ਕੌਜ਼ਿੰਗ ਜੀਨਸ ਨੂੰ ਹੀ ਖਤਮ ਕਰਨ ਦੀ ਚੱਲ ਰਹੀ ਹੈ ਪ੍ਰਥਾ ਕਿ ਅਸੀਂ ਉਹਦੇ ਤੇ ਵੀ ਯਾਗ ਪਾ ਲਵਾਂਗੇ ਬਹੁਤ ਜਲਦੀ ਅਸੀਂ ਉਹ ਵੀ ਹੱਲ ਕਰ ਲਵਾਂਗੇ ਕਹਿੰਦੇ ਨਾ ਜਿਹੜਾ ਨਤੀਜਿਆਂ ਦਾ ਕੱਦ ਹੁੰਦਾ ਹ ਉਹ ਮਿਹਨਤ ਦੇ ਜਿੰਨਾ ਅਸੀਂ ਮਿਹਨਤ ਦਾ ਬੂਟਾ ਜਿੱਦਾਂ ਕਲਾਈਦਾ ਨਾ ਉਨਾ ਹੀ ਨਤੀਜਿਆਂ ਦਾ ਕੱਦ ਹੁੰਦਾ ਤੇ ਮਿਹਨਤ ਦੀ ਜਿੰਨੀ ਖੁਰਾਕ ਦਵਾਂਗੇ ਤੇ ਨਤੀਜਾ ਉਨਾ ਹੀ ਨਿਕਲੇਗਾ ਹੌਲੀ ਹੌਲੀ ਅਸੀਂ ਚੱਲ ਰਹੇ ਹਾਂ ਇਸ ਲਾਈਨ ਤੇ ਤੇ ਮੈਨੂੰ ਲੱਗਦਾ ਬਹੁਤ ਜਲਦੀ ਅਸੀਂ ਇਹ ਵੀ ਜਿੱਤ ਪਾ ਸਕਦੇ ਹਾਂ ਕਿ ਅਸੀਂ ਇਹ ਵਾਲੀਆਂ ਬਿਮਾਰੀਆਂ ਜਿਹਦਾ ਐਚ ਆਈ ਵੀ ਹੋ ਗਿਆ ਜਿਨ੍ਹਾਂ ਦਾ ਹਜੇ ਮੂਲ ਰੂਪ ਵਿੱਚ ਟੋਟਲ ਨਹੀਂ ਇਹਦਾ ਇਲਾਜ ਲੱਭਿਆ ਤਾਂ ਅਸੀਂ ਉਹਦਾ ਵੀ ਇਲਾਜ ਲੱਭ ਸਕਾਂਗੇ ਆਉਣ ਵਾਲੇ ਸਮੇਂ ਜੀ ਤੇ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਸਾਡਾ ਜਿਹੜਾ ਖਾਣ ਪੀਣ ਹੈ ਨਾ ਉਹੀ ਸਾਡਾ ਖਰਾਬ ਹੋ ਰਿਹਾ ਹੈ ਤੇ ਦੇਖੋ ਮੈਂ ਨਾ ਇਹ ਵੈਸੇ ਮੇਰੀ ਲਿਸਟ ਵਿੱਚ ਸਵਾਲ ਨਹੀਂ ਹੈਗਾ ਪਰ ਜਿੱਦਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਨਾ ਡਾਕਟਰੀ ਤੁਸੀਂ ਕੀਤੀ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਬਣਦਾ ਜ਼ਰੂਰ ਹੈ ਕਿਉਂਕਿ ਖਾਣ ਪੀਣ ਨਾਲ ਮੋਟਾਪੇ ਨਾਲ ਹੀ ਅਸੀਂ ਬਿਮਾਰੀਆਂ ਦੇ ਜਿਹੜੇ ਗ੍ਰਸਤ ਹੁੰਦੇ ਆ ਕਿਹੋ ਜਿਹਾ ਸਾਡਾ ਖਾਣ ਪਾਣ ਹੋਣਾ ਚਾਹੀਦਾ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਦੇਖੋ ਅਸੀਂ ਜਿਹੜਾ ਮੈਂ ਪਹਿਲੇ ਵੀ ਕਿਹਾ ਕਿ ਮਨੁੱਖ ਆਪ ਹੀ ਚੀਜ਼ਾਂ ਖਰਾਬ ਕਰਦਾ ਹੈ ਫਿਰ ਉਹਨੂੰ ਸੋਧ ਕਰਨ ਲਈ ਆਪ ਹੀ ਤਕਨੀਕਾਂ ਲੱਭਦਾ ਹੈ ਹੈਨਾ ਉਹ ਲੋੜ ਹੀ ਤਾਂ ਪੈਂਦੀ ਹੈ ਕਿਉਂਕਿ ਪਹਿਲੇ ਅਸੀਂ ਉਹਨੂੰ ਨਸ਼ਟ ਕਰ ਦਿੱਤਾ ਅਸੀਂ ਉਹਦੇ ਵਿੱਚ ਜੀ ਨਹੀਂ ਸਕਦੇ ਜਿੱਦਾਂ ਦਾ ਅਸੀਂ ਵਾਤਾਵਰਣ ਬਣਾ ਦਿੱਤਾ ਹੈਨਾ ਖਾਣ ਪਾਣ ਹੁਣ ਅਸੀਂ ਕੀ ਹੈ ਕਿ ਜਿਹੜਾ ਬਾਹਰੀ ਫੂਡ ਫੋਰਨ ਫੂਡ ਅਸੀਂ ਉਹਨੂੰ ਬੜਾ ਇੱਕ ਸਟੇਟਸ ਸਿੰਬਲ ਮੰਨਦੇ ਆ ਕਿ ਮੈਂ 버ਗਰ ਖਾ ਲਿਆ ਮੈਂ ਪੀਜ਼ਾ ਖਾ ਲਿਆ ਹੈਨਾ ਰੋਟੀ ਨਹੀਂ ਲਾਈਕ ਕਰਦੇ ਇਵਨ ਅਸੀਂ ਖੁਦ ਵੀ ਇਦਾਂ ਹੀ ਕਰਦੇ ਹਾਂ ਨਾ ਬੱਚਾ ਨੇ ਵੀ ਇਦਾਂ ਕਰਨਾ ਤੇ ਉਹ ਜਿਹੜੇ ਬਹੁਤ ਸਾਰੇ ਜਿਹੜੇ ਇਹ ਚੀਜ਼ਾਂ ਜਿਹੜਾ ਅਸੀਂ ਬਹੁਤ ਜ਼ਿਆਦਾ ਮਾਤਰਾ ਚ ਅਮੈਦਾ ਅਸੀਂ ਇਹ ਲੈਣੇ ਆ ਇਹ ਓਬੈਸਿਟੀ ਕਰਦਾ ਹੈ ਓਬੈਸਿਟੀ ਕਰਨ ਨਾਲ ਹਾਰਟ ਪ੍ਰੋਬਲਮ ਸਟਾਰਟ ਹੁੰਦੀਆਂ ਹੈ ਹੈਨਾ ਡਾਇਬੀਟੀਜ਼ ਕਿਡਨੀ ਕੋਈ ਵੀ ਜਿਹੜੀ ਪ੍ਰੋਬਲਮ ਦਾ ਇਹ ਜਿਹੜਾ ਆਯਾਤ ਹੈ ਇਹ ਸਾਡਾ ਸੁਸਤ ਜਿਹੜਾ ਤੇ ਜਿਹੜਾ ਸਾਡਾ ਖਾਣ ਪਾਣ ਦਾ ਜਿਹੜਾ ਢੰਗ ਹੈ ਨਾ ਉਹਦੇ ਤੋਂ ਹੀ ਇਹ ਸ਼ੁਰੂ ਹੁੰਦੀ ਹੈ ਬਿਲਕੁਲ ਵਾਕਈ ਔਰ ਫਿਰ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਇਹ ਬਿਮਾਰੀ ਲੱਗ ਗਈ ਜਾਂ ਸਾਨੂੰ ਇਹ ਪਰ ਜੇ ਅਸੀਂ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖੀਏ ਖਾਣ ਪੀਣ ਦਾ ਬੱਚਿਆਂ ਨੂੰ ਵੀ ਆਪਾਂ ਸਟਾਰਟ ਤੋਂ ਹੀ ਉਹ ਜਿਹਾ ਖਾਣਾ ਦਈਏ ਸੰਤੁਲਿਤ ਭੋਜਨ ਦਈਏ ਤੇ ਇਹ ਬਿਮਾਰੀਆਂ ਤੋਂ ਨੇਜਾਤ ਪਾ ਸਕਦੇ ਹਾਂ ਸੋ ਸਾਡੇ ਜੀਵਨ ਤੇ ਇਸ ਦਾ ਕੀ ਪ੍ਰਭਾਵ ਪੈ ਰਿਹਾ ਹੈ ਸਾਡੇ ਜੀਵਾਂ ਤੇ ਜਾਂ ਕਹਿ ਲੋ ਕਿ ਸਾਡੇ ਵ ਜੀਨੈਟਿਕ ਇੰਜੀਨੀਅਰਿੰਗ ਦਾ ਕੀ ਪ੍ਰਭਾਵ ਪੈ ਰਿਹਾ ਦੇਖੋ ਜੇ ਜੀਵ ਲੈਵਲ ਤੇ ਦੇਖੀਏ ਤੇ ਮਨੁੱਖ ਨੂੰ ਤੇ ਬਹੁਤ ਸਾਰੇ ਬੈਨੀਫਿਟਸ ਵੀ ਮਿਲੇ ਇਹਦੇ ਬਹੁਤ ਸਾਰੇ ਇੱਕ ਇੱਕ ਜੀਨ ਥੈਰਪੀ ਇੱਕ ਟਰਮ ਹੈ ਕਿ ਜੀਨ ਦੀ ਥੈਰਪੀ ਕਰ ਦੇਣੀ ਜਿਦਾ ਫਿਜ਼ੀਓ ਥੈਰਪੀ ਕਰਦੇ ਨਾ ਕਿ ਜਿਵੇਂ ਲੱਤ ਤੁਕਤੀ ਆ ਤੇ ਉਹਨਾਂ ਨੇ ਮਾਲ ਕੇ ਠੀਕ ਕਰਤਾ ਹੈ ਨਾ ਇਦਾਂ ਇੱਕ ਜੀਨ ਥੈਰਪੀ ਹੈ ਕਿ ਜੇ ਜੀਨ ਚ ਕੋਈ ਗੜਬੜੀ ਹੈ ਤੇ ਅਸੀਂ ਉਹਨੂੰ ਹੌਲੀ ਹੌਲੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਤਾਂ 1990 ਦੇ ਦਹਾਕੇ ਚ ਪਹਿਲੀ ਵਾਰ ਇੱਕ 4 ਸਾਲ ਦੀ ਕੁੜੀ ਸੀ ਜਿਹਨੂੰ ਏਡੀਏ ਡੈਫੀਸ਼ੈਂਸੀ ਸੀ ਉਹਨੂੰ ਐਡੀਨਿਨ ਡੀਐਮਿਨੇਜ ਫਾਸਫੇਟ ਏਡੀਏ ਦੀ ਇੱਕ ਡੈਫੀਸ਼ੈਂਸੀ ਸੀ ਉਹ ਕੀ ਕਰਦੀ ਹੈ ਕਿ ਸਾਡੀ ਜਿਹੜੀ ਰੋਗ ਪ੍ਰਤੀਰੋਧਤਾ ਨਾ ਇਮਿਊਨ ਸਿਸਟਮ ਜਿਹੜਾ ਸਾਡਾ ਉਹਦੇ ਫੰਕਸ਼ਨ ਲਈ ਉਹਦੀ ਲੋੜ ਹੈ ਹੁਣ ਦੇਖੋ ਜਿਹਦੇ ਵਿੱਚ ਉਹ ਰੋਗ ਪ੍ਰਤੀਰੋਧਤਾ ਨਹੀਂ ਹੈ ਜੈ ਇਮਿਊਨ ਸਿਸਟਮ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ ਤੇ ਕੀ ਹੈ ਹਲਕੀ ਜੀ ਹਵਾ ਕੁਝ ਵੀ ਹਲਕਾ ਜਿਹਾ ਵੀ ਕੋਈ ਬੈਕਟੀਰੀਆ ਹਵਾ ਚ ਹੋਏਗਾ ਤਾਂ ਸਾਨੂੰ ਜਿਵੇਂ ਕੋਲਡ ਹੋ ਗਿਆ ਜਾਂ ਅਸੀਂ ਉਹਨੂੰ ਰਿਸਿਸਟ ਨਹੀਂ ਕਰ ਸਕਦੇ ਸਾਨੂੰ ਬਿਮਾਰੀ ਬਹੁਤ ਜਲਦੀ ਲੱਗੇਗੀ ਤਾਂ ਉਹਦੇ ਨਾਲ ਕੀ ਬੱਚਾ ਨਾਰਮਲ ਆਪਣਾ ਫੰਕਸ਼ਨ ਨਹੀਂ ਕਰ ਸਕਦਾ ਵਿਚਰੇਗਾ ਤਾਂ ਤਾਂ ਨਾ ਜੀ ਸਿਹਤ ਸਹੀ ਰਹੇਗੀ ਤਾਂ ਉਹ ਪਹਿਲੀ ਵਾਰ ਜਿਹੜੀ ਜੀਨ ਥੈਰੇਪੀ ਕੀਤੀ ਗਈ ਸੀ 4 ਸਾਲ ਦੀ ਬੱਚੀ ਸੀਗੀ ਉਹਦਾ ਸੁਰੱਖਿਅਤ ਇਲਾਜ ਕੀਤਾ ਸੀ ਉਹਦੇ ਬੋਨ ਮੈਰੋ ਸੈਲਸ ਤੋਂ ਉਹ ਕੱਢ ਕੇ ਉਹ ਚੀਜ਼ ਸੈਪਰੇਟ ਕਰਕੇ ਉਹਦੇ ਵਿੱਚ ਸੋਧ ਕਰਕੇ ਦੁਬਾਰਾ ਪਾਈ ਸੀ ਤੇ ਉਹ ਇੱਕ ਪਰਮਨੈਂਟ ਕਿਉਰ ਸੀ ਜਦ ਕਿ ਪਹਿਲੇ ਕੀ ਕਰਦੇ ਸੀ ਕਿ ਉਹ ਇੰਜੈਕਸ਼ਨ ਲਾ ਕੇ ਥੋੜੀ ਦੇਰ ਲਈ ਠੀਕ ਰਹਿੰਦੇ ਸੀ ਫਿਰ ਉਹਦੇ ਤੋਂ ਬਾਅਦ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀ ਫਿਰ ਥੋੜੀ ਦੇਰ ਲਈ ਇਮਿਊਨ ਸਿਸਟਮ ਬੂਸਟ ਕਰਦੇ ਸੀ ਫਿਰ ਪ੍ਰੋਬਲਮ ਸ਼ੁਰੂ ਫਿਰ ਇਹਦਾ ਪਰਮਨੈਂਟ ਕਿਉਰ ਕਰਨ ਲਈ ਜੈਨੇਟਿਕਨ ਜੈਨੇਟਿਕ ਇੰਜੀਨੀਅਰਿੰਗ ਨੇ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਹੈ ਜੀ ਤੇ ਇਹ ਆਮ ਹਸਪਤਾਲਾਂ ਦੇ ਵਿੱਚ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਫਿਰ ਕੁਝ ਖਾਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਐਕਸਪੈਰੀਮੈਂਟ ਕੀਤੇ ਜਾਂਦੇ ਨਹੀਂ ਹਰ ਜਗ੍ਹਾ ਨਹੀਂ ਇਹ ਪੋਸਿਬਲ ਦੇਖੋ ਭਾਰਤ 'ਚ ਤਾਂ ਪਹਿਲੇ ਇਹ ਬਹੁਤ ਘੱਟ ਸੀ ਇਦਾਂ ਦਾ ਜਿਆਦਾ ਖੇਤੀਬਾੜੀ ਦੇ ਖੇਤਰ ਵਿੱਚ ਇਹਦਾ ਇਸਤੇਮਾਲ ਕੀਤਾ ਗਿਆ ਜਦ ਜਦ ਇੱਥੇ بیਟੀ ਕਾਟਨ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਬਣਾਈਆਂ ਗਈਆਂ ਤਾਂ ਉਹਦੇ ਵਿੱਚ ਜ਼ਿਆਦਾ ਇਹਦਾ ਇਜਲਾਸ ਸੀ ਬਟ ਹੁਣ ਜਿਵੇਂ ਆਈਵੀਐਫ ਟੈਕਨੋਲੋਜੀਜ਼ ਹੈ ਨਾ ਆਰਟੀਫੀਸ਼ੀਅਲ ਰੀਕੰਬੀਨੇਸ਼ਨ ਇਹਦੇ ਨਾਲ ਸਾਰੇ ਦੇ ਨਾਲ ਚਿਕਿਤਸਾ ਦੇ ਖੇਤਰ ਵਿੱਚ ਵੀ ਬਹੁਤ ਸਾਰਾ ਇਤ ਹੋ ਰਿਹਾ ਬਟ ਹਰ ਹਸਪਤਾਲ ਵਿੱਚ ਨਹੀਂ ਹੈ ਦੇ ਕੋਈ ਸਪੈਸੀਫਾਈਡ ਹਸਪਤਾਲ ਨੇ ਔਰ ਸਭ ਤੋਂ ਜਿਹੜਾ ਇੰਪੋਰਟੈਂਟ ਹੈ ਇਹਦਾ ਕੋਸਟ ਫੈਕਟਰ ਬਹੁਤ ਜ਼ਿਆਦਾ ਹੈ ਹਰ ਕੋਈ ਇਹਨੂੰ ਫੋਰਡ ਵੀ ਨਹੀਂ ਕਰ ਸਕਦਾ ਠੀਕ ਹੈ ਫਿਰ ਇਹਦੇ ਲਈ ਤਾਂ ਕਰਕੇ ਹੈ ਕਿ ਜਿਹੜੀ ਮਨੁੱਖਤਾ ਨੂੰ ਇਹਦੀ ਜਿਹੜੀ ਦੇਣ ਹੈ ਨਾ ਉਹ ਵੱਡਮੁੱਲੀ ਹੈ ਕਿ ਜੇ ਹੁਣ ਕਿਸੇ ਦਾ ਇੱਕ ਹੀ ਬੱਚਾ ਹੈ ਜਿਹੋ ਇਸ ਤਕਨੀਕ ਨਾਲ ਠੀਕ ਹੋ ਰਿਹਾ ਉਹਨੂੰ ਤਾਂ ਸਭ ਤੋਂ ਸ੍ਰੇਸ਼ਟ ਇਹੀ ਲੱਗੂਗਾ ਨਾ ਠੀਕ ਹੈ ਪਹਿਲਾ ਇਹ ਹੋ ਗਿਆ ਫਿਰ ਉਹਦੇ ਤੋਂ ਬਾਅਦ ਕੀ ਹੋਰ ਵੀ ਜਿੰਨੀਆਂ ਜਿਹਦਾ ਸਿਸਟਿਕ ਫਾਈਬਰੋਸਿਸ ਹੈ ਐਲਜ਼ਾਈਮਰਸ ਹੈ ਇਦਾਂ ਦੀਆਂ ਵੀ ਜਿਹੜੀਆਂ ਬਿਮਾਰੀਆਂ ਉਹ ਵੀ ਇਹਦੇ ਨਾਲ ਠੀਕ ਕੀਤੀਆਂ ਜਾਣੇ ਹੁਣ ਤੁਸੀਂ ਗੱਲ ਕੀਤੀ ਸੀ ਕਿ ਵਾਤਾਵਰਣ ਤੇ ਇਹਦਾ ਕੀ ਪ੍ਰਭਾਵ ਪੈ ਰਿਹਾ ਵਾਤਾਵਰਣ ਤੇ ਕੀ ਹੈ ਕਿ ਜਿਵੇਂ ਹੁਣ ਸਾਡੀ ਵਿਕਾਸਸ਼ੀਲ ਸਾਡਾ ਦੇਸ਼ ਹੈ ਨਾ ਡਿਵੈਲਪਿੰਗ ਨੇਸ਼ਨ ਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਪੈਦਾਵਾਰ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਠੀਕ ਹੈ ਤਾਂ ਅਜਿਹੇ ਪੌਦੇ ਵਿਕਸਿਤ ਕੀਤੇ ਗਏ ਨੇ ਜੈਨੇਟਿਕ ਇੰਜੀਨੀਅਰਿੰਗ ਦੇ ਨਾਲ ਜਿਨ੍ਹਾਂ ਨਾਲ ਜਿਹੜੇ ਕਿ ਇਹ ਪਾਣੀ ਘੱਟ ਪਾਣੀ ਵਿੱਚ ਵੀ ਆਪਣਾ ਕੰਮ ਕਰ ਸਕ ਸਕਦੇ ਸੋਕੇ ਵਿੱਚ ਵੀ ਉਹ ਜੀਵਿਤ ਰਹਿ ਸਕਦੇ ਨੇ ਠੀਕ ਹੈ ਉਹਦੇ ਨਾਲ ਕੀ ਹੈ ਕਿ ਪੈਦਾਵਾਰ ਵਧੀ ਹੈ ਹਮ ਠੀਕ ਹੈ ਸੋਕਾ ਪੈ ਗਿਆ ਜਾਂ ਬਹੁਤ ਸਾਰੀ ਧੁੰਦ ਪੈ ਗਈ ਗੜੇਮਾਰੀ ਹੋ ਗਈ ਬਟ ਫਿਰ ਵੀ ਉਹ ਜਿਹੜਾ ਪੌਦਾ ਵੈ ਉਹ ਰਹੇਗਾ ਠੀਕ ਹੈ ਫਿਰ ਇਦਾਂ ਦੇ ਪੌਦੇ ਇਦਾਂ ਦੇ ਜੀਵ ਇਦਾਂ ਦੇ ਬੈਕਟੀਰੀਆ ਬਣੇ ਆ ਜਿਹੜੇ ਕੀ ਹੈ ਵਾਤਾਵਰਣ ਚ ਪੋਲਿਊਸ਼ਨ ਬਾਰੇ ਦੱਸਦੇ ਆ ਕਿ ਕਿੰਨਾ ਪੋਲਿਊਸ਼ਨ ਹੈ ਉਹ ਉਹਦਾ ਮਾਪ ਕੇ ਦੱਸ ਦਿੰਦੇ ਆ ਕਿ ਇੰਨਾ ਪੋਲਿਊਸ਼ਨ ਹੈ ਉਹਨੂੰ ਕਹਿੰਦੇ ਪੋਲਿਊਸ਼ਨ ਇੰਡੀਕੇਟਰਸ ਉਹਨਾਂ ਨੂੰ ਬਣਾਇਆ ਹੈ ਇਦਾਂ ਕਿ ਫਲਾਨੀ ਚੀਜ਼ ਨੂੰ ਡਿਟੈਕਟ ਕਰਨ ਠੀਕ ਹੈ ਫਿਰ ਇਦਾਂ ਦੇ ਪੌਦੇ ਆ ਜਿਹੜੇ ਮਿੱਟੀ ਦੀ ਗੁਣਵੱਤਾ ਨੂੰ ਵਧਾਉਂਦੇ ਨੇ ਉਹ ਮਿੱਟੀ ਚ ਪੋਸ਼ਕ ਤੱਤ ਪਾਈ ਜਾਂਦੇ ਨੇ ਫਿਰ ਕਾਰਬਨ ਡਾਈਆਕਸਾਈਡ ਜਿਹੜੀ ਕਿ ਗਲੋਬਲ ਵਾਰਮਿੰਗ ਨੂੰ ਬਹੁਤ ਵੱਡਾ ਪ੍ਰਭਾਵ ਪਾ ਰਹੀ ਕਿ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਹੋ ਰਹੀ ਸਾਡਾ ਜਿਹੜਾ ਪਲਾਨਟ ਹੈ ਉਹ ਗਰਮ ਹੋ ਰਿਹਾ ਬਹੁਤ ਜ਼ਿਆਦਾ ਪ੍ਰਥਵੀ ਹੈ ਨਾ ਤੇ ਉਹ ਜਿਹੜੀ ਕਿ ਕਾਰਬਨ ਡਾਈਆਕਸਾਈਡ ਦਾ అలਾਰਮ ਵੀ ਉਹ ਜੀਵ ਦਿੰਦੇ ਨੇ ਜਿਹੜੇ ਜੈਨੇਟਿਕਲੀ ਮੋਡੀਫਾਈਡ ਨਹੀਂ ਜੀ ਤੇ ਸਮਾਂ ਸਾਡੇ ਕੋਲ ਸਿਰਫ 2 ਮਿੰਟ ਹੈ ਤੇ ਮੈਂ ਇਹ ਜਾਣਨਾ ਚਾਹਨੀ ਆ ਕਿ ਆਗਾਮੀ ਸੰਭਾਵਨਾਵਾਂ ਕਿਹੋ ਜੀਆਂ ਹੋਣਗੀਆਂ ਜੀਨ ਸੰਸ਼ੋਧਨ ਦੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਜਿਵੇਂ ਤੁਸੀਂ ਕਹਿਆ ਡਿਜੀਟਲ ਬੇਬੀ ਡਿਜ਼ਾਈਨਰ ਬੇਬੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਹੋਏਗਾ ਬਹੁਤ ਬਟ ਮੈਨੂੰ ਲੱਗਦਾ ਕਿ ਇਹਦੇ ਤੇ ਇੱਕ ਅਪਰੂਵਲ ਹੋਣਾ ਚਾਹੀਦਾ ਜਿਹਦਾ ਆਪਣੇ ਭਾਰਤ ਵਿੱਚ ਇੱਕ ਜੀਆਕ ਨਾਮ ਦੀ ਕਮੇਟੀ ਹੈ ਜੈਨੇਟਿਕਲੀ ਇੰਜੀਨੀਅਰਡ ਇੰਜੀਨੀਅਰਿੰਗ ਅਪਰੂਵਲ ਕਮੇਟੀ ਕਿ ਜਿਹੜੇ ਵੀ ਜੀਨ ਸੰਸ਼ੋਧਨ ਜਿਹੜੇ ਜੀਵਾਂ ਤੇ ਆਪਾਂ ਕਰਦੇ ਆ ਉਹਦੀ ਨਿਗਰਾਨੀ ਤੇ ਉਹਦੀ ਪ੍ਰਮਾਣਤਾ ਲੈਣੀ ਪੈਂਦੀ ਹੈ ਪਹਿਲੇ ਇਹਦੇ ਚ ਪੇਟੈਂਟ ਦਾ ਬੜਾ ਇਸ਼ੂ ਹੁੰਦਾ ਜਿਵੇਂ ਯੂਐਸ ਨੇ 1997 ਵਿੱਚ ਸਾਡੀ ਬਾਸਮਤੀ ਰਾਈਸ ਦਾ ਇੱਕ ਕਿਸੇ ਹੋਰ ਚੀਜ਼ ਨਾਲ ਉਹ ਕਰਾ ਕੇ ਕੰਬੀਨੇਸ਼ਨ ਕਰਾ ਕੇ ਉਹ ਕਹਿੰਦੇ ਵੀ ਅਸੀਂ ਨਵੀਂ ਇੱਕ ਬਣਾ ਦਿੱਤੀ ਪ੍ਰਜਾਤੀ ਜਦ ਕਿ ਉਹ ਹਜ਼ਾਰਾਂ ਸਾਲਾਂ ਤੋਂ ਇੰਡੀਆ ਚ ਚੱਲਦੀ ਆ ਰਹੀ ਬਾਸਮਤੀ ਰਾਈਸ ਦੀ ਵੈਰਾਈਟੀ ਸੀ ਤਾਂ ਪੇਟੈਂਟ ਦਾ ਇਸ਼ੂ ਹੈ ਠੀਕ ਹੈ ਇੱਕ ਕੁਦਰਤ ਦੀ ਚੀਜ਼ ਨਾਲ ਜਿਹੜਾ ਆਪਾਂ ਜ਼ਿਆਦਾ ਛੇੜਛਾੜ ਕਰਦੇ ਆ ਨਾ ਉਹ ਕਿਤੇ ਨਾ ਕਿਤੇ ਨੁਕਸਾਨ ਕਰਦਾ ਹੈ ਮਤਲਬ ਕੁਝ ਵੀ ਕਹਿੰਦੇ ਨਾ ਮੈਨੂੰ ਸਤਰਾ ਯਾਦ ਆ ਰਹੀ ਸਰਤਾਜ ਦੀ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਕਿਉਂ ਕੁਦਰਤ ਜਿਹੜੀ ਹੈ ਉਹ ਬੇਅੰਤ ਹੈ ਸਾਡੀ ਗੁਰਬਾਣੀ ਵਿੱਚ ਵੀ ਬੜੀ ਸੋਹਣੀ ਸਤਰਾ ਦਰਜ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਠੀਕ ਹੈ ਕੁਦਰਤ ਬੇਅੰਤ ਹੈ ਨੇਚਰ ਇਜ਼ ਬਿਯੋਂਡ ਲਿਮਿਟਸ ਅਸੀਂ ਨੋ ਡਾਊਟ ਬਹੁਤ ਚੀਜ਼ਾਂ ਤੇ ਅਸੀਂ ਮਹਾਰਤ ਹਾਸਲ ਕਰਦੀ ਹੈ ਬਟ ਹਜੇ ਵੀ ਬਹੁਤ ਕੁਝ ਅਜੇ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ ਐਂਡ ਉਹ ਅਪਾਰ ਹੈ ਬੇਅੰਤ ਜੀ ਔਰ ਪ੍ਰੋਗਰਾਮ ਜਿਹੜਾ ਹੈ ਹੋਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਇੰਨੀਆਂ ਸੋਹਣੀਆਂ ਤੁਸੀਂ ਗੱਲਾਂ ਕਰ ਰਹੀਆਂ ਹੋ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੋ ਸਾਡਾ ਦਿਲ ਨਹੀਂ ਕਰ ਰਿਹਾ ਤੁਹਾਨੂੰ ਅਲਵਿਦਾ ਕਹਿਣ ਨੂੰ ਪਰ ਸਮਾਂ ਹੀ ਇਜਾਜ਼ਤ ਨਹੀਂ ਦਿੰਦਾ ਤਾਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ